ਅਸਲਾਮ ਵਾਲੇਕਮ ਜੀ, ਸਾਡੇ ਕੋਲ ਸਾਡਾ ਭਰਾ ਆ ਜੀ, ਸਟਾਰ ਆਦਮੀ, ਮਸ਼ਹੂਰ ਆਦਮੀ ਅਤੇ ਪੂਰੀ ਦੁਨੀਆ ਜਾਣਦੀ ਹੈ ਜੀ, ਸ਼ਹਿਜ਼ਾਦ ਆਮਰ ਸਾਹਿਬ ਜੀ। ਬੜੀ ਸੋਹਣੀਆਂ ਪੰਜਾਬੀ ਦੀ ਵੀਡੀਓ ਬਣਾਉਂਦਾ, ਬੜੀਆਂ ਪਸੰਦ ਕੀਤੀਆਂ ਜਾਂਦੀਆਂ, ਅਤੇ ਸਾਡਾ ਰਾਬਤਾ ਸਾਲ ਖੰਡ ਹੋ ਗਿਆ ਸਾਡਾ ਰਾਬਤਾ, ਅਤੇ ਬੜੀ ਮੈਨੂੰ ਖੁਸ਼ੀ ਹੋਈ ਕਿ ਸਾਡਾ ਭਰਾ ਸਾਡੇ ਕੋਲ ਆਇਆ, ਸ਼ਹਿਜ਼ਾਦ ਆਮਰ ਸਾਹਿਬ। ਇਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ, ਮਰੋੜ ਤੋਂ ਤਸ਼ਰੀਫ ਲੈ ਕੇ ਆਏ ਜੀ। ਅਤੇ ਸ਼ਹਿਜ਼ਾਦ ਆਮਰ ਸਾਹਿਬ, ਕਰੋ ਦੱਸੋ ਆਪਣੇ ਬਾਰੇ 'ਚ, ਪਹਿਲਾਂ ਦੱਸੋ ਤੁਹਾਡੇ ਵੀ ਪੂਰਾ ਆਪਣੇ ਕਰਾਓ ਇੰਟਰਵਿਊ। ਜ਼ਿਲ੍ਹਾ ਬਾਵਲ ਨਗਰ, ਤਹਿਸੀਲ ਫੋਟਾਵਾਸ, ਹਾਂ, ਅਤੇ ਮਰੋੜ ਮੇਰਾ ਸ਼ਹਿਰ ਆ, 313 HR ਚੱਕਦਾ ਮੈਂ ਰਹਿਣੇ ਵਾਲਾ, ਹਾਂ, ਅਤੇ ਕਾਸਟ ਰਾਈ, ਅਤੇ ਮੈਂ ਇਹਨਾਂ ਦਾ ਮੁਰੀਦ ਵੀ ਹਾਂ, ਇਹਨਾਂ ਨੇ ਮੁਰਸ਼ਦ ਆ ਸਾਡੇ। ਠੀਕ ਹੈ ਜੀ, ਇਹਨਾਂ ਨੂੰ ਮਿਲਣ ਦੀ ਬੜੀ ਹਸਰਤ ਸੀ ਦਿਲ ਦੇ ਵਿੱਚ, ਅਤੇ ਬੜੀ ਦੇਰ ਤੋਂ ਮੈਂ ਇੱਕ ਤਾਂਘ ਸੀ, ਬੰਦੇ ਦਿਲ 'ਚ ਤਾਂਘ ਹੋਵੇ ਨਾ ਅਤੇ ਪੂਰੀ ਹੋ ਹੀ ਜਾਂਦੀ ਹੈ ਕਦੀ ਨਾ ਕਦੀ। ਅੱਜ ਮਾਸ਼ਾਅੱਲਾ ਇਹਨਾਂ ਨਾਲ ਮੁਲਾਕਾਤ ਹੋਈ ਹੈ, ਅਤੇ ਅੱਜ ਮੈਨੂੰ ਇੱਦਾਂ ਜਾਪਦਾ ਜਿਵੇਂ ਮੈਂ ਕੋਈ ਖਾਬ ਖੂਬ ਦੇਖਣ ਡਿਆ, ਅਜੇ ਮੈਂ ਪਹੁੰਚਿਆ ਨਹੀਂ ਅੰਜਮ ਭਾਈ ਦੇ ਕੋਲ। ਅਤੇ ਬੜੀ ਮਿਹਰਬਾਨੀ, ਬੜਾ ਇਹਨਾਂ ਨੇ ਪਿਆਰ ਦਿੱਤਾ, ਬੜਾ ਇਹਨਾਂ ਨੇ ਮੀਆਂ ਸਤਿਕਾਰ ਇੱਥੇ ਦਿੱਤਾ ਹੈ ਸਾਨੂੰ। ਸਾਡੇ ਇਲਾਕੇ 'ਚ ਬੰਦੇ ਬੜਾ ਦੇਖਦੇ ਤਾਂ, ਆ ਬਾਰਾਂ ਦਰੀ ਆ ਮਾਸ਼ਾਅੱਲਾ, ਡਾਕਟਰ ਅਤੀਕ ਰਾਓ ਸਾਹਿਬ ਹੈ ਇਹਨਾਂ ਦੇ, ਸਾਡੇ ਕੁਲੀਗ ਆ, ਸਾਡੇ ਦੋਸਤ, ਜਿਨ੍ਹਾਂ ਦੀ ਵਜ੍ਹਾ ਨਾਲ ਮੈਂ ਇਹਨਾਂ ਤਾਈਂ ਪਹੁੰਚਿਆ, ਅਤੇ ਮੈਂ ਇਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ, ਅਤੇ ਮੈਂ ਡਾਕਟਰ ਸਾਹਿਬ ਦਾ ਵੀ ਸ਼ੁਕਰਗੁਜ਼ਾਰ ਹਾਂ ਜੀ। ਬੜੀ ਮਿਹਰਬਾਨੀ, ਸ਼ੁਕਰੀਆ ਜੀ। ਡਾਕਟਰ ਸਾਹਿਬ ਆ ਜਾਂਦੇ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ, ਰਾਓ ਅਤੀਕ ਸਾਹਿਬ ਸਾਡੇ ਪਿੰਡ ਦੇ ਜੀ, ਅਤੇ ਉਹਨਾਂ ਦੇ ਨਾਲ ਪੁਰਾਣੀ ਦੁਆ ਸਲਾਮ ਆ, ਅਤੇ ਰਾਓ ਅਤੀਕ ਸਾਹਿਬ ਨਾਲ, ਅਤੇ ਉਹ ਵੀ ਆਉਂਦੇ, ਉਹਨਾਂ ਨਾਲ ਵੀ ਤੁਹਾਨੂੰ ਮਿਲਾਉਂਦੇ ਹਾਂ। ਅਤੇ ਇਹ ਜੀ, ਅੱਲਾਹ ਤਾਲਾ ਨੇ ਬੜਾ ਨਵਾਜ਼ਿਆ ਤੁਹਾਨੂੰ। ਬੜੀ ਮਿਹਰਬਾਨੀ। ਹਾਂਜੀ, ਅਤੇ ਕਿੱਦਾਂ ਇਹ ਤੁਹਾਨੂੰ ਕਿੱਦਾਂ ਵੀਡੀਓ ਵਾਲੇ ਪਾਸੇ ਆਏ, ਅਤੇ ਕੀ ਗੱਲਬਾਤ ਹੈ ਸਾਰੀ ਦੱਸੋ ਮੈਨੂੰ ਤਾਂ ਕਰਨਾ। ਦੇਖੋ ਜੀ, ਮੇਰੀ ਗੱਲ ਸੁਣੋ ਨਾ, ਮੈਂ ਅਸਤਾ ਉਸਤਾਦ ਤੁਹਾਨੂੰ ਨਹੀਂ ਮੰਨਦੇ ਹਾਂ। ਹੋਇਆ ਅਸਲ 'ਚ ਇੱਦਾਂ ਸੀ ਵੀ ਅਸੀਂ ਇੰਸੀਡੈਂਟਸ, ਮਤਲਬ ਸੋਚ ਸਮਝ ਕੇ ਅਸੀਂ ਇਸ ਪਾਸੇ ਨੂੰ ਨਹੀਂ ਚੱਲੇ, ਇੱਕ ਸੋਚਿਆ ਸਮਝਿਆ ਮਨਸੂਬਾ ਨਹੀਂ ਸੀ ਹੈ ਅੰਜਮ ਭਾਈ ਇਹ। ਹਾਂ, ਬਸ ਅਚਾਨਕ ਹੀ ਇੱਦਾਂ ਹੀ ਇਹ ਬਿੱਲ ਆ ਗਿਆ 40,000 ਦਾ, ਅਤੇ ਮੈਂ ਚਾਚਾ ਸ਼ਿਵਾਜ ਸ਼ਰੀਫ ਨੂੰ ਇੱਕ ਵੀਡੀਓ ਬਣਾ ਕੇ ਸਿੱਟੀ ਵੀ ਯਾਰ ਚਾਚਾ ਚੰਗੀ ਨਹੀਂ ਕੀਤੀ, ਮੇਰੀ ਤਾਂ ਦੁਕਾਨ 'ਚ 40,000 ਦਾ ਸਮਾਨ ਨਹੀਂ, ਤੂੰ 40,000 ਦੀ ਬਿੱਲ ਭੇਜ ਦਿੱਤਾ। ਬਸ ਉਹ ਫਿਰ ਇੱਦੀ ਬਿੱਲ, ਜਿਹੜੇ ਪਿਆਰ ਕਰਨ ਵਾਲੇ ਸੀ ਉਹਨਾਂ ਨੇ, ਜਿਹੜੇ ਦੁੱਖੀ, ਫਿਰ ਦੁੱਖ ਸਾਰਿਆਂ ਦਾ ਰਲ ਗਿਆ ਨਾ, ਸਾਂਝਾ ਹੁੰਦਾ, ਉਹ ਦੁੱਖ ਜਦੋਂ ਰਲਿਆ ਤਾਂ ਫਿਰ ਉਹ ਮੇਰੀ ਵੀਡੀਓ ਚੱਲ ਗਈ। ਬਸ ਉੱਥੋਂ ਫਿਰ ਲੋਕਾਂ ਨੇ ਮੈਨੂੰ ਚਾਚਾ ਸ਼ਿਵਾਜ ਸ਼ਰੀਫ, ਚਾਚਾ ਕਾਕੜ ਨਾਲ ਗੱਲਾਂ ਛੱਲਾਂ ਕਰਦੇ ਰਹੇ, ਕਿਉਂਕਿ ਮਾੜਾ ਮੋਟਾ ਚੱਲਦਾ ਸੀ ਨਿਜ਼ਾਮ, ਤੇਲਾ ਕਿਤੇ ਹੁਣ ਤਾਂ ਸਾਰਾ ਬੰਦ ਹੀ ਹੋ ਗਿਆ, ਅਤੇ ਇੱਦਾਂ ਫਿਰ ਅਗਾਂਹ ਚੱਲਦੇ ਗਏ। ਅਤੇ ਹੁਣ ਥੋੜ੍ਹਾ ਜਿਹਾ ਨਾ ਉਹ ਤੁਹਾਡੀਆਂ ਵੀਡੀਓ ਦੇਖ ਦੇਖ ਕੇ, ਅਤੇ ਫਿਰ ਸੋਚਿਆ ਕਿ ਯਾਰ ਉਹ ਸ਼ਾਇਦ ਜ਼ਰੂਰਤ ਆ ਪੰਜਾਬੀ ਜ਼ਬਾਨ ਨੂੰ ਨਾ, ਸਾਡੀ ਕੋਈ ਜ਼ਰੂਰਤ ਆ ਥੋੜ੍ਹੀ ਜਿਹੀ, ਹੁਣ ਸਾਨੂੰ ਬੋਲਣਾ ਚਾਹੀਦਾ। ਫਿਰ ਅਸੀਂ ਪੰਜਾਬੀ ਨੂੰ ਲੈ ਕੇ ਅਤੇ ਅਸੀਂ ਇਸ ਪਾਸੇ ਨੂੰ ਚੱਲੇ ਹਾਂ, ਅਤੇ ਹੁਣ ਸਾਡਾ ਮਕਸਦ ਬਣ ਗਿਆ। ਮਕਸਦ ਬੜੀ ਤਕੜੀ ਆਵਾਜ਼ ਆ ਜੀ, ਕਿਸਾਨਾਂ ਦੀ, ਮਜ਼ਦੂਰਾਂ ਦੀ, ਮਾੜੇ ਬੰਦੇ ਦੀ। ਜਿੱਦਾਂ ਕਿਤੇ ਕਿਤੇ ਮੈਂ ਗੱਲ ਕਰਦਾ, ਉੱਦਾਂ ਸ਼ਹਿਜ਼ਾਦ ਆਮਰ ਸਾਹਿਬ ਵੀ ਗੱਲ ਕਰਦੇ ਆ ਜੀ। ਅਤੇ ਜਦੋਂ ਇਹਨਾਂ ਨੇ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਨਾ, ਅਤੇ ਉਹ ਸਾਡਾ ਰਾਬਤਾ ਹੋਇਆ, ਅਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਦੇਖ ਨਾ, ਮੈਂ ਇਹ ਗੱਲ ਕਰਦਾ ਸੀ ਵੀ ਸਾਡੇ ਸਾਰਿਆਂ ਕੋਲ ਮੋਬਾਈਲ ਆ, ਅਤੇ ਇਕੱਲੇ ਬੰਦੇ ਨਾਲ ਕੁਛ ਨਹੀਂ ਹੁੰਦਾ, ਵੀ ਸਾਰੇ ਰਲ ਕੇ, ਭਰਾ ਰਲ ਕੇ ਬੋਲੀਏ ਨਾ ਤਾਂ ਫਿਰ ਕੋਈ ਗੱਲ ਬਣਦੀ ਹੈ, ਬਣਦੀ ਹੈ। ਅਤੇ ਉਹ ਜਿੱਦਾਂ ਸ਼ਹਿਜ਼ਾਦ ਆਮਰ ਸਾਹਿਬ ਰਲ ਗਏ, ਅਸੀਂ ਬੋਲਦੇ ਹਾਂ, ਇਹ ਬੜੀ ਖੁਸ਼ੀ ਹੋਈ ਵੀ ਇੱਦਾਂ ਸਾਰੇ ਬੋਲੀਏ, ਗੱਲ ਕਰੀਏ ਆਪਣੇ ਹੱਕ ਦੀ, ਵੀ ਹੋ ਸਕਦਾ ਕਿਸੇ ਦੇ ਕੰਨਾਂ 'ਤੇ ਪੈ ਹੀ ਜਾਵੇ। ਦੇਖੋ ਅੰਜਾ ਬਾਈ, ਤੁਸੀਂ ਇੱਥੋਂ ਗੱਲ ਕਰਦੇ ਸੀ ਆਪਣੇ ਮਸਲੇ ਮਸਾਇਲ ਦੱਸਦੇ ਸੀ, ਅਤੇ ਇਹ ਲੋਕ ਜਿਹੜੇ ਹਕੂਮਤਾਂ ਦੇ ਵਿੱਚ ਬੈਠੇ ਆ, ਇਹਨਾਂ ਦਾ ਜੇ ਸੀ ਵੀ ਪਤਾ ਨਹੀਂ, ਬਸ ਸਮੁੰਦਰੀ ਦੇ ਆਲੇ ਦੁਆਲੇ ਕੋਈ ਥੋੜ੍ਹੇ ਜਿਹੇ ਮਾਮਲਾਤ ਹੈ, ਵੀ ਬਾਕੀ ਪਾਕਿਸਤਾਨ ਸਾਰਾ ਠੀਕ ਆ। ਅਤੇ ਫਿਰ ਮੈਂ ਮਰੋਟੋਂ ਬੋਲਿਆ, ਜ਼ੇਬੀ ਹੰਜਰਾ ਜੜਾ ਵਾਲੇ ਤੋਂ ਬੋਲਿਆ, ਵਕਾਰ ਪਿੰਡਰ ਪਰਿਓ, ਮਤਲਬ ਨਨਕਾਣਾ ਸਾਹਿਬ ਤੋਂ ਬੋਲਿਆ। ਹੁਣ ਉਹਨਾਂ ਨੂੰ ਇਹ ਪਤਾ ਹੈ, ਫਿਰ ਮੇਰੇ ਇਲਾਕੇ ਤੋਂ ਹੋਰ ਬਹਾਵਲਪੁਰ ਵਾਲੇ ਦੋਸਤ ਆਪਣੇ, ਚੱਠਾ ਸਾਹਿਬ, ਚੀਮਾ ਸਾਹਿਬ, ਅਤੇ ਉਹ ਇਸ ਤਰ੍ਹਾਂ ਫਿਰ ਹੁਣ ਉਹਨਾਂ ਨੂੰ ਪਤਾ ਲੱਗਦਾ ਹੈ ਗੌਰਮੈਂਟ ਨੂੰ ਵੀ ਇਹ ਤਕਲੀਫ ਹਰ ਪਾਸੇ ਬਰਾਬਰ ਹੀ ਹੈ, ਸਾਰੇ ਪਰੇਸ਼ਾਨ, ਜਿਵੇਂ ਆ ਕਣਕ ਵਾਲੇ ਮਾਮਲੇ ਦੇ ਵਿੱਚ ਸਾਡੇ ਨਾਲ ਹੋਈ ਹੈ। ਅੱਛਾ ਸ਼ਹਿਜ਼ਾਦ ਆਮਰ ਸਾਹਿਬ, ਮੈਂ ਇੱਕ ਦੇਖੀ ਹੈ ਗੱਲ, ਬਈ ਉਹ ਤੇਰੇ ਵਾਲੇ ਪਾਸੇ ਨਾ ਯਾਰ, ਲੋਕ ਪਿਆਰ ਬੜਾ ਪੰਜਾਬੀ ਨੂੰ ਕਰਦੇ, ਤੂੰ ਸੱਚੀ ਪੁੱਛੇ ਨਾ, ਅਤੇ ਆਪਾਂ ਨੂੰ ਨਾ ਉਹਨਾਂ ਬੰਦਿਆਂ ਨੇ ਇੰਨਾ ਪਿਆਰ ਦਿੱਤਾ ਨਾ, ਇੰਨਾ ਪਿਆਰ ਦਿੱਤਾ ਵੀ ਜਿਹਦੀ ਹੱਦ ਹੀ ਕੋਈ ਨਹੀਂ। ਇਹ ਕੀ ਵਜ੍ਹਾ ਲੋਕ ਪੰਜਾਬੀ 'ਤੇ ਜਾਨ ਵਾਰਦੇ ਯਾਰ ਤੇਰੇ ਵਾਲੇ ਪਾਸੇ?
ਭਾਵਨ ਲੱਗਰ ਆ, ਫੋਟਾ ਬਾਸ ਆ, ਸਾਰੇ ਟੈਲੀਫੋਨ ਆਉਂਦੇ ਉੱਥੋਂ ਬੜੇ। ਉਹ ਤਾਂ ਮੈਂ ਕਹਿੰਦਾ ਅਸਲ 'ਚ ਜਦੋਂ ਚੀਜ਼ ਕੋਈ ਨਾਯਾਬ ਹੋ ਰਹੀ ਹੁੰਦੀ ਹੈ ਨਾ, ਉਦੋਂ ਚੰਗੀ ਲੱਗਣ ਲੱਗ ਪੈਂਦੀ ਹੈ। ਹੁਣ ਤੋਤੇ ਗਾਇਬ ਹੋ ਗਏ, ਕਿਤੇ ਕਿਤੇ ਟੱਕਰਦਾ ਦੇਖਣ ਨੂੰ ਦਿਲ ਕਰਦਾ। ਹਾਂ, ਬੰਦੇ ਮੁੱਲ ਲੈਂਦੇ। ਪੰਜਾਬੀ 5,000 ਦਾ ਤੋਤਾ ਵਿਕਦਾ ਸਾਡੇ ਇਲਾਕੇ 'ਚ। ਮੈਂ ਗੱਲ ਇਹ ਕਰਦਾ ਅੰਜਮ ਭਾਈ ਵੀ ਤੁਸੀਂ ਹਿਸਾਬ ਲਓ, ਪੰਜਾਬੀ ਸਾਡੀ ਨਾ, ਅਸੀਂ ਘਰਾਂ 'ਚ ਵੀ ਡੰਡੇ ਸੋਟੇ ਮਾਰ ਮਾਰ ਨਿਆਣਾ ਨੂੰ ਉਰਦੂ ਉਤਲਾ ਤਾ, ਬਾਕੀ ਸਾਰੀਆਂ ਇੰਗਲਿਸ਼ ਜ਼ੁਬਾਨਾਂ ਸਾਰੀਆਂ ਸਿੱਖਣੀਆਂ ਚਾਹੀਦੀਆਂ। ਉਰਦੂ ਸਾਡੀ ਕੌਮੀ ਜ਼ੁਬਾਨ ਹੈ, ਉਹ ਇੰਗਲਿਸ਼ ਹਰ ਜ਼ੁਬਾਨ 'ਤੇ ਮਹਾਰਤ ਹੋਣੀ ਚਾਹੀਦੀ। ਲੇਕਿਨ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਪੰਜਾਬੀ ਭੁੱਲ ਜਾਓ, ਤੁਸੀਂ ਆਪਣਾ ਪਿਛੋਕੜ ਭੁੱਲ ਜਾਓ, ਇਹਦਾ ਮਕਸਦ ਇਹ ਨਹੀਂ ਹੋਣਾ ਚਾਹੀਦਾ। ਬੱਚਿਆਂ ਨੂੰ ਤੁਸੀਂ ਹਰ ਤਰ੍ਹਾਂ ਦੀ ਤਾਲੀਮ ਦਿਓ, ਲੇਕਿਨ ਆਪਣਾ ਪਿਛੋਕੜ ਬੱਚਿਆਂ ਨੂੰ ਯਾਦ ਰਹੇ। ਹੁਣ ਆਉਣੇ ਵਾਲੇ ਜਿਵੇਂ ਅਸੀਂ ਪੰਜਾਬੀ ਦੇ ਮਗਰ ਹੱਥ ਪੈਰ ਧੋ ਕੇ ਹੋ ਗਏ, ਅਤੇ ਉਹ ਸਾਨੂੰ ਤਾਂ ਰਿਸਰਚ ਕਰਨੀ ਚਾਹੀਦੀ ਸੀਗੀ ਸਾਡੀ ਪੰਜਾਬੀ ਜ਼ੁਬਾਨ ਦੇ ਉੱਤੇ, ਜਿਵੇਂ ਸਾਡੇ ਸ਼ੋਰਾ ਨੇ ਮਤਲਬ ਸ਼ਾਇਰ ਜਿਹੜੇ ਗੁਜ਼ਰ ਗਏ ਆ, ਸੂਫੀ ਸ਼ਾਇਰ ਗੁਜ਼ਰੇ, ਸਾਨੂੰ ਤਾਂ ਉੱਤੇ ਰਿਸਰਚ ਕਰਨੀ ਚਾਹੀਦੀ ਸੀ। ਅਸੀਂ ਬਜਾਏ ਰਿਸਰਚ ਦੇ ਅਸੀਂ ਉਹਨੂੰ ਵੈਸੇ ਦੱਬ ਕੇ ਉੱਤੋਂ ਅਸੀਂ ਪੰਜਾਬੀ ਜ਼ੁਬਾਨ ਨਿਸਾਬ 'ਚੋਂ ਹੀ ਪੰਜਾਬੀ ਲੁਗਤ ਹੀ ਖਤਮ ਹੋ ਗਈ। ਸਾਨੂੰ ਜਾਂ ਤਾਂ ਅਸੀਂ ਇਹ ਦੱਸਣਾ ਚਾਹੁੰਦੇ ਦੁਨੀਆ ਨੂੰ ਵੀ ਸਾਡੇ ਜਿਹੜੇ ਵੱਡੇ ਸਾਡੇ ਦਾਦੇ ਪੜਦਾਦੇ ਪੰਜਾਬੀ ਬੋਲਦੇ, ਜਾਂ ਤਾਂ ਉਹ ਗਲਤ ਸੀ ਜਾਂ ਫਿਰ ਅਸੀਂ ਗਲਤ ਹਾਂ, ਜਾਂ ਫਿਰ ਸਾਨੂੰ ਬਚਾਉਣਾ ਪਊਗਾ ਇਹਨੂੰ। ਵਾਹ ਵਾਹ ਵਾਹ। ਦੇਖੋ ਨਾ ਸ਼ਹਿਜ਼ਾਦ ਅਮਰ ਸਾਹਿਬ, ਅਸੀਂ ਇਸ ਬਣਾਉਣ ਲੱਗੇ ਨਾ ਪੰਜਾਬੀ 'ਚ ਵੀਡੀਓ, ਇਸ ਫੀਲਡ 'ਚ ਆਏ ਹਾਂ, ਅਤੇ ਹੁਣ ਪਤਾ ਲੱਗਿਆ ਵੀ ਮਾਂ ਬੋਲੀ ਦੀ ਕਦਰ ਕਿੰਨੀ ਹੈ, ਬੰਦਾ ਕਿੰਨਾ ਪਿਆਰ ਕਰਦੇ ਇਹਨੂੰ, ਬਿਲਕੁਲ ਬੰਦੇ ਹੱਥਾਂ 'ਤੇ ਚੱਕ ਲੈਂਦੇ। ਸ਼ਹਿਜ਼ਾਦ ਅਮਰ ਸਾਹਿਬ ਮੇਰੇ ਤੋਂ ਬਾਅਦ ਵੀਡੀਓ ਬਣਾਉਣ ਲੱਗੇ ਹਾਂ, ਅਤੇ ਅੱਲਾਹ ਦੀ ਜ਼ਾਤ ਨੇ ਬਹੁਤ ਮੇਰੇ ਤੋਂ ਵੀ ਬਹੁਤਾ ਮਸ਼ਹੂਰ ਕੀਤਾ ਔਰ ਪਸੰਦ ਕੀਤਾ ਲੋਕਾਂ ਨੇ, ਗੱਲ ਗੱਲ ਸੱਚੀ ਕੀਤੀ, ਸੋਹਣੀ ਕੀਤੀ, ਸੁਥਰੀ ਕੀਤੀ। ਪਹਿਲਾ ਪੇਜ ਨਾ ਅੰਜਮ ਭਾਈ ਮੈਂ ਤੁਹਾਡੀ ਗੱਲ ਕਰਦਾ, ਸੋਰੀ, ਪਹਿਲਾ ਪੇਜ ਨਾ ਜੀ ਮੇਰਾ ਬੰਦ ਹੋ ਗਿਆ ਸੀਗਾ, ਤਕਰੀਬਨ 32-33 ਕੇ 'ਤੇ ਕੋਈ ਪ੍ਰੋਬਲਮ ਆਈ ਸੀ ਅਤੇ ਮੈਨੂੰ ਛੱਡਣਾ ਪੈ ਗਿਆ। ਹਾਂਜੀ, ਹੁਣ ਮੇਰਾ ਨਵਾਂ ਪੇਜ ਆ, ਉਹਦੇ ਉੱਤੇ ਵੀ ਮੇਰਾ ਮਾਸ਼ਾਅੱਲਾ ਕੋਈ 52-53 ਵਾਪਸ ਆ ਗਏ, 1.5-2 ਮਹੀਨੇ ਹੋਏ ਮੈਨੂੰ ਪੁਰਾਣਾ ਪੇਜ ਛੱਡੇ ਨੂੰ। ਉਹ ਦੱਸੋ ਨਵੇਂ ਪੇਜ ਦਾ ਨਾਮ। ਸ਼ਹਿਜ਼ਾਦ ਅਮਰ ਨਾਮੀ ਆ ਉਹਦਾ ਵੀ, ਅਤੇ ਪੇਜ ਦਾ, ਲੇਕਿਨ ਉਹਦੇ ਵਿੱਚ ਇਹ ਆ ਕਿ ਉਹ ਲਾਲ ਰੰਗ ਦੀ ਨਾ ਕਾਲੀਆਂ ਡੱਬੀਆਂ ਵਾਲੀ ਪੱਗ ਬੰਨੀ ਸਿਰ ਦੇ ਉੱਤੇ ਮੇਰੇ। ਬੜੀ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਸ਼ਹਿਜ਼ਾਦ ਅਮਰ ਸਾਹਿਬ ਨੂੰ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ ਪਸੰਦ ਕਰਦੇ ਆ, ਵੀ ਇਹ ਵੀ ਗੱਲ ਜਿਹੜੀ ਆ ਨਾ ਬੜੀ ਨਾਪ ਤੋਲ ਕੇ, ਬੜੀ ਸੁਥਰੀ, ਬੇਹਯਾਈ ਤੋਂ ਪਾਕ, ਬੜੀ ਸੋਹਣੀ ਗੱਲ ਕਰਦਾ। ਤੁਸੀਂ ਯਕੀਨ ਕਰਿਓ, ਇਹ ਅੱਗੇ ਮੈਨੂੰ ਸਤਾਦ ਸਤਾਦ ਕਹੀ ਜਾਂਦਾ ਸੀ, ਮੇਰਾ ਹਾਸਾ ਨਿਕਲ ਜਾਂਦਾ ਸੀ। ਨਹੀਂ ਨਹੀਂ ਤੁਸੀਂ ਹੈ, ਗੱਲ ਉਹ ਸੱਚੀ ਹੁੰਦੀ ਆ ਕਿ ਹੁਣ ਸ਼ਹਿਜ਼ਾਦ ਤੋਂ ਮੈਂ ਸਿੱਖਦਾ। ਕਈ ਐਸੀਆਂ ਵੀਡੀਓ ਆ ਜਿਹੜੀਆਂ ਉਹ ਐਸੀਆਂ ਦਿਲ ਲੱਗੀਆਂ ਵੀ ਉਹ ਉਸ ਮੇਰੇ ਕੰਮ ਆਈਆਂ, ਇਹਦੀ ਕੀਤੀ ਹੋਈ ਗੱਲ ਮੈਂ ਬੜੀ ਬੜੀ ਥਾਂ 'ਤੇ ਜਾ ਕੇ ਕੀਤੀ, ਐਡੀ ਸੱਚੀ ਸੋਹਣੀ ਗੱਲ ਕੀਤੀ। ਇਹ ਬੜੀ ਚੰਗੀ ਗੱਲ ਕੀਤੀ ਇਹਨਾਂ ਨੇ ਜ਼ਬਾਨ ਦੇ ਹਵਾਲੇ ਨਾਲ ਕਿ ਸਾਡੀ ਜਦੋਂ ਪੰਜਾਬੀ ਜ਼ਬਾਨ ਇੰਨੀ ਰਿਚ ਹੈ ਆ। ਹੁਣ ਕਿਹਾ ਜਾਂਦਾ ਕਿ ਵਾਰਿਸ ਆ ਜਿਹੜਾ ਨਾ ਸ਼ੇਕਸਪੀਅਰ ਦੇ ਬਰਾਬਰ ਦਾ ਸ਼ਾਇਰ ਹੈ, ਲੇਕਿਨ ਸਾਡੇ ਲੋਕਾਂ ਨੇ ਯਾਨੀ ਕਿ ਜਿਹੜਾ ਵਾ ਨਾ ਉਹਨਾਂ ਨੂੰ ਇਹ ਉਸ ਹਿਸਾਬ ਨਾਲ ਓਨ ਨਹੀਂ ਕੀਤਾ ਜਿੰਨਾ ਓਨ ਕਰਨਾ ਚਾਹੀਦਾ ਸੀ, ਜਿੰਨਾ ਫਖਰ ਕਰਨਾ ਚਾਹੀਦਾ ਸੀ ਕਿ ਉਹ ਉਹਨਾਂ ਨੇ ਉਹ ਇੱਕੋ ਕਿਤਾਬ 'ਚ ਸਾਰਾ ਰਸਮੋ ਰਿਵਾਜ, ਹਿਸਟਰੀ ਅਤੇ ਜੋ ਵੀ ਬਿਲਕੁਲ ਫਿਲਮ ਯਾਨੀ ਕਿ ਜਿਹੜਾ ਵਾ ਉਹਨਾਂ ਨੇ ਚਲਾਤੀ, ਵੀ ਹੀਰ ਪੜ੍ਹਦੇ ਹੋਏ ਤੁਹਾਨੂੰ ਉਸ ਦੌਰ ਦੀ ਫਿਲਮ ਨਜ਼ਰ ਆਉਂਦੀ ਆ ਕਿ ਸਭ ਕੁਛ ਇਤਨਾ ਬੜਾ ਰਾਈਟਰ ਹੈ ਸੀ। ਫਿਰ ਸਾਡੇ ਸੂਫੀ ਸ਼ਾਇਰ ਜਿਹੜਾ ਵਾ ਬਾਬਾ ਬੁੱਲੇ ਸ਼ਾਹ ਹੈ, ਸ਼ਾਹ ਹੁਸੈਨ ਹੈ, ਅਤੇ ਆਪਣੇ ਦੂਸਰੇ ਜਨੂਬੀ ਪੰਜਾਬ ਦੇ ਜਿਹੜੇ ਸਭ ਖੜੀ ਖੜੀ ਸ਼ਰੀਫ ਮਲੋਕ ਉਹਨਾਂ ਦੇ ਇਤਨੇ ਬੜੇ ਬੜੇ ਸ਼ਾਇਰ ਯਾਨੀ ਕਿ ਫਿਰ ਉਹਨਾਂ ਦੀ ਦੇਖੋ ਕਿ ਛੋਟੀ ਛੋਟੀ ਚੀਜ਼ਾਂ 'ਚ ਉਹਨਾਂ ਨੇ ਬੜੇ ਵੱਡੇ ਵੱਡੇ ਮਜ਼ਮੂਨ ਜਿਹੜੇ ਆ ਨਾ ਬਿਆਨ ਕੀਤੇ ਆ। ਅਤੇ ਸਾਡਾ ਬੜਾ ਇਹ ਅਲਮੀਆ ਆਮ ਤੌਰ 'ਤੇ ਕਿਹਾ ਇਹ ਜਾਂਦਾ ਕਿ ਫਾਤਹੀਨ ਜਿਹੜੇ ਹੁੰਦੇ ਆ ਨਾ ਉਹ ਜ਼ਬਾਨ ਨੂੰ ਖਤਮ ਕਰ ਦਿੰਦੇ ਆ, ਲੇਕਿਨ ਪੰਜਾਬੀ ਜ਼ਬਾਨ ਐਸੀ ਆ ਕਿ ਇਹਨੂੰ ਪੰਜਾਬੀ ਵਾਲੇ ਖਤਮ ਕਰਨ 'ਤੇ ਤੁਲੇ ਹੋਏ ਸੀ। ਲੇਕਿਨ ਰਾਣਾ ਸਾਹਿਬ ਕਰੋ ਤੁਸੀਂ, ਜਿਹੜੀਆਂ ਕੌਮਾਂ, ਰਾਣਾ ਸਾਹਿਬ ਮੈਨੂੰ ਪਤਾ ਲੱਗਿਆ ਕਿ ਤੁਸੀਂ ਰਾਈਟਰ ਹੋ, ਮਾਸ਼ਾਅੱਲਾ ਮੁਲਾਕਾਤ ਹੋ ਗਈ ਤੁਹਾਡੇ ਨਾਲ ਵੀ,
ਅਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀਆਂ ਕੌਮਾਂ ਸੁਣਿਆ ਸੀ ਕਿ ਜਿਹੜੀਆਂ ਕੌਮਾਂ ਆਪਣਾ ਪਿਛੋਕੜ ਛੱਡ ਦੇਣੀਆਂ ਨਾ, ਭੁੱਲ ਜਾਂਦੀਆਂ, ਦੁਨੀਆਂ ਉਹਨਾਂ ਨੂੰ ਭੁੱਲ ਜਾਂਦੀ। ਸਭ ਤੋਂ ਪਹਿਲੇ ਉਹਨਾਂ ਦਾ ਨਾਂ ਨਹੀਂ ਲੈਂਦਾ। ਜ਼ਬਾਨ ਮਾਰੋ ਕਿਸੇ ਕੌਮ ਨੂੰ, ਅਗਰ ਖਤਮ ਕਰਨਾ ਵਾ ਜਦੋਂ ਉਹਦੀ ਜ਼ਬਾਨ ਖਤਮ ਹੋਈ, ਕੌਮ ਖਤਮ ਹੋ ਗਈ, ਸਭ ਕੁਛ ਜਿਹੜਾ ਵਾ ਨਾ ਖਤਮ ਹੋ ਜਾਏਗਾ। ਅਤੇ ਕਿਉਂਕਿ ਜਦੋਂ ਜ਼ਬਾਨ ਹੀ ਨਹੀਂ ਹੋਏਗੀ, ਤੁਹਾਡੇ ਕੋਲ ਕੋਈ ਤਾਰੀਖ ਨਹੀਂ ਹੋਏਗੀ, ਤੁਹਾਡੇ ਕੋਲ ਕੋਈ ਰਸਮੋ ਰਿਵਾਜ਼ ਨਹੀਂ ਹੋਏਗਾ, ਕੋਈ ਕੁਛ ਵੀ ਨਹੀਂ ਹੋਏਗਾ, ਫਿਰ ਤਾਂ ਉਹ ਇਸ ਤਰ੍ਹਾਂ ਦਾ ਦਰਖਤ ਆ ਜਿਹਦੀਆਂ ਜੜ੍ਹਾਂ ਤੁਸੀਂ ਜਿਹੜੀਆਂ ਮਨਾ ਬਾਹਰ ਕੱਢ ਦਿੱਤੀਆਂ। ਅਤੇ ਜੜ੍ਹ ਤੋਂ ਬਗੈਰ, ਜ਼ਬਾਨ ਤਾਂ ਜੜ੍ਹ ਆ। ਚੜ੍ਹਦੇ ਪੰਜਾਬ ਵਾਲੇ ਜਿਹੜੇ ਆ ਨਾ ਜੀ, ਉਹ ਨਾ ਤਾਂ ਕੋਈ ਮਾੜੀ ਸੁਸਾਇਟੀ 'ਚ ਬਹਿੰਦੇ, ਨਾ ਉਹ ਕੋਈ ਬਹੁਤੇ ਵਿਚਾਰੇ ਡਿਗੇ ਹੋਏ ਆ, ਉਹ ਬਹੁਤ ਤਕੜੇ ਲੋਕ ਨੇ ਮਾਸ਼ਾਅੱਲਾ, ਤਕੜੀਆਂ ਸੁਸਾਇਟੀਆਂ 'ਚ ਬਹਿੰਦੇ ਆ, ਮਤਲਬ ਸਾਰਾ ਯੂਰਪ ਉਹਨਾਂ ਨਾਲ ਭਰਿਆ ਪਿਆ ਸਿੱਖ ਕਮਿਊਨਿਟੀ। ਉਹਨਾਂ ਨੇ ਆਪਣੇ ਅਸਰ ਨਾਲ, ਆਪਣੇ ਤਰੀਕੇ ਨਾਲ ਕੈਨੇਡਾ ਦੇ ਵਿੱਚ ਪੰਜਾਬੀ ਜ਼ਬਾਨ ਨੂੰ ਉਹਨਾਂ ਦੀ ਜਿਹੜੀ ਕੌਮੀ ਜ਼ਬਾਨਾਂ ਦੇ ਵਿੱਚੋਂ ਤੀਸਰਾ ਦਰਜਾ ਦਿਲਾਤਾ, ਤੀਸਰਾ ਦਰਜਾ ਉਹਨਾਂ ਨੇ ਦਿਲਾਇਆ ਮਿਹਨਤ ਕਰਕੇ, ਜਿੱਦਾਂ ਵੀ ਉਹਨਾਂ ਨੇ ਕਿਸੇ ਹੱਦ ਤੱਕ ਕੋਸ਼ਿਸ਼ ਕੀਤੀ ਬਚਾਉਣ ਦੀ। ਲੇਕਿਨ ਅਸੀਂ ਲੈਂਦੇ ਪੰਜਾਬ ਵਾਲਿਆਂ ਨੇ, ਹਜੇ ਥੋੜ੍ਹਾ ਜਿਹਾ ਸਾਡੇ 'ਤੇ ਬਣਦਾ ਆ ਥੋੜ੍ਹਾ ਜਿਹਾ। ਉਹ ਚੜ੍ਹਦੇ ਪੰਜਾਬ ਵਾਲਿਆਂ ਨੇ ਪੰਜਾਬੀ ਬਚਾ ਲਈ, ਬੜੀ ਖੁਸ਼ੀ ਦੀ ਗੱਲ ਆ, ਬੜੀ ਵੱਡੀ ਗੱਲ ਆ, ਪਰ ਉਹ ਆਪਣੇ ਨਸਲ ਨਹੀਂ ਬਚਾ ਸਕੇ। ਉੱਥੇ ਨਸ਼ਾ ਪੱਤਾ ਬਹੁਤ ਹੋ ਗਿਆ, ਉਹ ਪੰਜਾਬ ਨਹੀਂ ਬਚਾ ਸਕੇ, ਉੱਥੇ ਉਹ ਪਿੰਡ ਨਹੀਂ ਰਹੇ, ਉਹ ਆਪ ਪਿੰਡ ਖਾਲੀ ਪਏ ਆ, ਛੱਡ ਕੇ ਉੱਥੇ ਅਮਰੀਕਾ ਕੈਨੇਡਾ ਚਲੇ ਗਏ। ਪੰਜਾਬੀ ਤਾਂ ਬਚਾ ਲਈ, ਪੰਜਾਬ ਵੀ ਤਾਂ ਬਚਾਉਣਾ ਸੀ। ਇਹਦੀ ਇਹਦੀ ਪੰਜਾਬ, ਸਾਡੇ ਇੱਥੇ ਖਦਾਉਂ ਗਰੀਬੀ ਇੰਨੀ ਸੀ, ਅਸੀਂ ਕਲਚਰ ਵੀ ਬਚਾਈ ਰੱਖਿਆ, ਅਸੀਂ ਹਰ ਸ਼ੇ ਬਚਾਈ ਹੋਈ ਆ। ਅਤੇ ਜਿਹੜੀ ਗੱਲ ਪੰਜਾਬੀ ਦੀ ਅੱਗੇ ਰਾਣਾ ਸਾਹਿਬ ਕਰਦੇ ਸੀ ਜਾਂ ਸ਼ਹਿਜ਼ਾਦ ਕਰਦਾ, ਯਕੀਨ ਕਰੀ ਅਸੀਂ ਹੁਣ ਆਏ ਹਾਂ ਨਾ ਇਸ ਫੀਲਡ 'ਚ, ਤਾਂ ਮੈਂ ਇਹ ਗੱਲ ਤਸੱਲੀ ਨਾਲ ਕਹਿ ਸਕਦਾ ਵੀ ਪੰਜਾਬੀ ਕਿਤੇ ਨਹੀਂ ਜਾਂਦੀ ਸਾਡੀ। ਇਨਸ਼ਾਅੱਲਾ ਜਿੰਨਾ ਇਹਨੂੰ ਪਿਆਰ ਕਰਨ ਵਾਲੇ, ਤਾਂ ਜਿੱਦਾਂ ਦੇ ਪੰਜਾਬੀ ਜ਼ਬਾਨ ਦੇ ਆ ਪੁੱਤਰ ਬੈਠੇ ਆ, ਵੀ ਪੰਜਾਬੀ ਕਿਤੇ ਨਹੀਂ ਜਾਂਦੀ। ਤੁਹਾਡੇ ਤੁਹਾਡੇ ਪਿਆਰ ਤੋਂ ਇਹ ਗੱਲ ਮੈਂ ਕਰ ਰਿਹਾ ਦੇਖ ਕੇ, ਵੀ ਜਿੱਦਾਂ ਤੁਸੀਂ ਸਾਨੂੰ ਸਪੋਰਟ ਕੀਤੀ ਆ ਜਾਂ ਸਾਨੂੰ ਤੁਸੀਂ ਮਸ਼ਹੂਰ ਕੀਤਾ, ਪਤਾ ਲੱਗ ਗਿਆ ਵੀ ਪੰਜਾਬੀ ਮੁੱਕਦੀ ਨਹੀਂ, ਪੰਜਾਬੀ ਜ਼ਿੰਦਾ, ਵੀ ਤੁਸੀਂ ਇੰਨੇ ਪਿਆਰ ਕਰਨ ਵਾਲੇ। ਅੱਛਾ, ਪਹਿਲੇ ਸਾਡੇ ਨਾ ਇਹ ਬੜਾ ਮਸਲਾ ਰਿਹਾ ਕਿ ਸਾਡਾ ਨਾ ਕੋਈ ਪੰਜਾਬੀ ਦਾ ਨਾ ਟੀ ਵੀ ਚੈਨਲ ਕੋਈ ਨਹੀਂ ਸੀ 65 ਸਾਲ ਤੱਕ ਨਾ, ਯਾਨੀ ਕਿ ਸਾਡਾ ਇਹੀ ਹੈ ਕਿ ਉਹ ਟੀ ਵੀ 'ਤੇ ਅੱਧਾ ਘੰਟਾ ਘੰਟਾ ਇਤਨਾ ਕੁ ਮਿਲਦਾ ਸੀ। ਅਤੇ ਆਹ ਸੋਸ਼ਲ ਮੀਡੀਏ ਦਾ ਯਾਨੀ ਕਿ ਇਹ ਬੜਾ ਫਾਇਦਾ ਹੋ ਗਿਆ ਕਿ ਹੁਣ ਨਾ ਕਰੋੜਾਂ ਚੈਨਲ ਜਿਹੜੇ ਆ ਨਾ, ਅੰਜਮ ਸਰੋਇਆ ਆਪਣੀ ਜਗ੍ਹਾ 'ਤੇ ਚੈਨਲ ਆ, ਜ਼ੇਬੀ ਹੰਦਰ ਆਪਣਾ ਚੈਨਲ ਆ, ਹੈ ਅੰਜਮ ਸਰੋਇਆ ਜੜ, ਅਤੇ ਉਹ ਹਕੀਕਤ ਹਰ ਇੱਕ ਯਾਨੀ ਕਿ ਹਰ ਬੰਦਾ ਮੁਕੰਮਲ ਚੈਨਲ ਆ, 24 ਘੰਟੇ ਦਾ ਚੈਨਲ ਆ, ਹੈ। ਅਤੇ ਇਹ ਸੋਸ਼ਲ ਮੀਡੀਆ ਦੇ ਹੋਣ, ਯਾਨੀ ਕਿ ਉਮੀਦ ਹੈ ਕਿ ਇਹ ਜਿਹੜੀ ਪਹਿਲਾਂ ਕਿਹਾ ਜਾਂਦਾ ਸੀ ਨਾ ਕਿ ਪੰਜਾਬੀ ਜ਼ਬਾਨ ਦੀ ਨੁਮਾਇੰਦਗੀ ਨਹੀਂ ਹੈ ਜੀ, ਉਹਨੂੰ ਸਿਵਾਏ ਖਬਰਾਂ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਆਉਂਦੀ ਹੈ, ਲੇਕਿਨ ਹੁਣ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਜਿਹੜੇ ਮੁੰਡੇ ਉੱਠੇ ਆ, ਇਹ ਯਾਨੀ ਕਿ ਜਿਹੜਾ ਵਾ ਨਾ ਆਪਣੇ ਪੁਰਾਣੇ ਰਸਮੋ ਰਿਵਾਜ਼ ਰਹਿਤਲ ਬਹਿਤਲ। ਮੈਨੂੰ ਬੜੀ ਖੁਸ਼ੀ ਹੋਈ ਉੱਥੇ ਮੁੰਡਾ ਇੱਕ ਮਿਲਿਆ, ਗਾਣੇ ਲਿਖਦਾ ਵਾ ਲਾਹੌਰ ਡੇਰੇ ਵਾਲਾ, ਵੀ ਉਹਦੀ ਉਮਰ ਇੰਨੀ ਕੋਈ ਨਹੀਂ ਸੀ, ਲੇਕਿਨ ਉਹਨੂੰ ਸਾਰਾ ਆਪਣਾ ਪੁਰਾਣਾ ਪਿੰਡ ਹਰ ਚੀਜ਼ ਉਸਨੂੰ ਨਾ ਜਿਹੜਾ ਵਾ ਯਾਦ ਸੀ। ਔਰ ਉਹ ਕਹਿੰਦਾ ਮੈਂ ਆਪਣੇ ਛੋਟੇ ਭਾਈ ਨੂੰ ਵੀ ਇਹ ਸਾਰਾ ਕੁਛ ਜਿਹੜਾ ਵਾ ਨਾ ਦੱਸਿਆ ਵਾ, ਕਿਉਂਕਿ ਜਦੋਂ ਤੱਕ ਤੁਸੀਂ ਆਪਣਾ ਪੁਰਾਣਾ ਭਾਵੇਂ ਕੌਮ ਆ ਭਾਵੇਂ ਕੋਈ ਬੰਦਾ ਵਾ, ਜਿਹੜੀ ਵੀ ਆਪਣਾ ਮਾਜ਼ੀ ਭੁੱਲਦਾ ਵਾ ਨਾ, ਉਹ ਸੈੱਟ ਨਹੀਂ ਹੋ ਸਕਦਾ ਦੁਨੀਆ ਨੂੰ ਭੁਲਾ ਦਿੰਦੀ। ਹਾਂ, ਕਿਉਂਕਿ ਮਾਜ਼ੀ ਦੇ ਨਾਲ ਹੀ ਜਿਹੜਾ ਵਾ ਨਾ ਹਾਲ ਜੁੜਿਆ ਹੋਇਆ, ਅਤੇ ਹਾਲ ਦੇ ਨਾਲ ਹੀ ਮੁਸਤਕਬਿਲ ਜੁੜਿਆ ਹੋਇਆ ਵਾ, ਅਤੇ ਜਿਹਨੂੰ ਜਿਹੜਾ ਜਿਹਦਾ ਮਾਜ਼ੀ ਕੋਈ ਨਹੀਂ ਉਹਦਾ ਹਾਲ ਵੀ ਕੋਈ ਨਹੀਂ, ਅਤੇ ਫਿਰ ਉਹਦਾ ਮੁਸਤਕਬਿਲ ਕੋਈ ਨਹੀਂ। ਨਹੀਂ ਜੀ, ਅਸੀਂ ਇੱਕ ਇਨਸ਼ਾਅੱਲਾ ਤਾਲਾ ਟੀਮ ਬਣ ਕੇ ਕੰਮ ਕਰਾਂਗੇ, ਜਿਵੇਂ ਸ਼ਹਿਜ਼ਾਦ ਆਮਰ ਸਾਹਿਬ ਵੀ ਸਾਡੀ ਟੀਮ ਦਾ ਹਿੱਸਾ, ਸਾਡੇ ਪੰਜਾਬ ਦੀ ਇੱਕ ਪੂਰੀ, ਅਸੀਂ ਰਲ ਕੇ ਉਸਾਮਾ ਰਾਮੇ ਸਾਹਿਬ ਚਿਸ਼ਤੀਆਂ ਵਾਲੇ, ਹੈਂ, ਬਾਕੀ ਵਕਾਰ ਪਿੰਡ ਜੋਈਆ, ਸ਼ਹਿਜ਼ਾਦ ਜੋਈਆ ਸਾਹਿਬ ਬਾਵਲ ਨਗਰ ਵਾਲੇ, ਤੁਹਾਡੀ ਮੁਲਾਕਾਤ ਹੋਈ ਬਾਵਲ ਨਗਰ ਦੇ, ਤੁਹਾਡੀ ਹੁਣ ਮੈਂ ਸਾਰਿਆਂ ਨਾਲ ਮੁਲਾਕਾਤ ਕਰਾਊਂਗਾ। ਹਾਂ, ਆਪਾਂ ਹੁਣ ਕਿਤੇ ਇਕੱਠੇ ਹੁੰਦੇ ਰਿਹਾ ਕਰਾਂਗੇ। ਹਾਂ, ਫਿਰ ਇੱਦਾਂ ਹੈ ਵੀ ਗੱਲ ਗਾਂ ਤੋਂ ਗਾਂ ਫਿਰ ਕਰਨੀ ਤਾਂ ਪੰਜਾਬ ਦੀ ਗੱਲ ਆ ਨਾ, ਰਲ ਕੇ ਕਰਿਆ ਕਰਾਂਗੇ।
ਤੇ ਸਾਡੇ ਕੋਲ ਰੋਸਮਾਨ ਸਾਹਿਬ ਬੈਠੇ ਆ। ਰੋਸਮਾਨ ਸਾਹਿਬ ਨੂੰ ਤੁਸੀਂ ਦੇਖਦੇ ਰਹਿੰਦੇ? ਹਾਂਜੀ ਬਿਲਕੁਲ ਦੇਖਦੇ, ਇਹਨਾਂ ਦਾ ਬੜਾ ਤਕੜਾ ਪੇਜ ਆ। ਨਹੀਂ ਜੀ, ਇਹਨਾਂ ਦੀ ਇਹਨਾਂ ਨੇ ਅੱਗੇ ਗੱਲ ਕੀਤੀ ਨਾ ਪਛਾਣਿਆ, ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਵੀ ਚਾਚਾ ਕਾਕੜ ਲੱਭਦਾ ਫਿਰਦਾ, ਤੇ ਅਸੀਂ ਇਹ ਪੁੱਛਾਂਗੇ ਕਿ ਉਹ ਚਾਚਾ ਕਾਕੜ ਵਾਲੀ ਗੱਲ ਕਿਵੇਂ ਸੀ, ਕਿਉਂਕਿ ਕਈਆਂ ਨੇ ਤਾਂ ਦੇਖੀ ਆ, ਮੈਂ ਵੀ ਦੇਖੀ ਆ, ਲੇਕਿਨ ਜਿਹੜੇ ਨਵੇਂ ਆ ਜਾਂ ਜਿਹਨਾਂ ਨੇ ਨਹੀਂ ਸੁਣੀ ਹਾਲੇ ਤੱਕ, ਅਸੀਂ ਚਾਹਾਂਗੇ ਕਿ ਉਹ ਦੁਬਾਰਾ ਗੱਲ ਜ਼ਰਾ ਥੋੜ੍ਹੀ ਜਿਹੀ ਰਿਵਾਈਜ਼। ਚਾਚਾ ਕਾਕੜ ਇਹ ਸੀਗਾ ਵੀ ਉਹ ਮੀਆਂ ਭਾਈ ਉਸਮਾਨ, ਉਹਨਾਂ ਵੀਡੀਓ ਦੇ ਵਿੱਚ ਤੁਸੀਂ ਅਗਰ ਆਪਣਾ ਦੁੱਖ ਕਿਸੇ ਨੂੰ ਸੁਣਾਉਣਾ ਤੇ ਫਿਰ ਉਹਨੂੰ ਕਮ ਸੇ ਕਮ ਮੁਖਾਤਬ ਤੇ ਕਰਨਾ ਕਰਨਾ ਪੈਂਦਾ। ਉਹ ਦੁੱਖ ਸਾਡਾ ਜ਼ਿਮੀਂਦਾਰਾਂ ਦਾ ਦੁੱਖ ਕਿ ਹਕੂਮਤ ਨੇ ਜਾਂ ਵੀ ਯਾਰ ਸਾਨੂੰ ਸਪਰੇਅ ਸਸਤੀ ਦੇ ਦਿਓ, ਸਾਨੂੰ ਗੱਡੀ ਸਸਤੀ ਦੇ ਦਿਓ, ਸਾਨੂੰ ਪਾਣੀ ਬਿਜਲੀ ਸਸਤੀ ਕਰ ਦਿਓ, ਉਹ ਫਿਰ ਆਪਣੇ ਮਸਲੇ ਮੇਰੇ। ਹੁਣ ਮਸਲਾ ਮੈਂ ਅਗਰ ਸਪਰੇਅ ਖਾਦ ਸਸਤੀ ਕਰਾਉਣੀ ਆ ਤੇ ਮੈਂ ਅੰਜਮ ਭਾਈ ਨੂੰ ਥੋੜ੍ਹੀ ਕਹਿਣਾ, ਮੈਂ ਉਸਮਾਨ ਨੂੰ ਥੋੜ੍ਹੀ ਕਹਿਣਾ, ਮੈਂ ਕਾਕੜ ਚਾਚੇ ਕਾਕੜ। ਉਦੋਂ ਕਾਕੜ ਸਾਹਿਬ ਜਿਹੜੇ ਸੀ ਉਸ ਵੇਲੇ ਉਹ ਸੀਗੇ ਨਗਰਾਨ ਵਜ਼ੀਰ ਆਜ਼ਮ, ਉਹ ਤਾਂ ਲੈ ਕੇ ਬਹਿ ਗਏ, ਲੈ ਕੇ ਬਹਿ ਗਏ, ਉਹ ਤਾਂ ਅਜੇ ਗਾਂ ਗਾਂ ਪਤਾ ਲੱਗੂਗਾ। ਤੇ ਉਹ ਫਿਰ ਉਹ ਤਾਂ ਕਰਕੇ ਉਹਨਾਂ ਦਾ ਨਾਂ ਆ ਜਾਂਦਾ ਸੀ ਕਈ ਦਫ਼ਾ, ਤਾਂ ਕਿ ਉਹਨਾਂ ਨੂੰ ਬੰਦੇ ਕਈ ਵਾਰੀ ਕਹਿੰਦੇ ਸੀ ਨਾ, ਮੈਂ ਕਹਿੰਦਾ ਯਾਰ ਮੇਰੀ ਮੇਰੀ ਗੱਲ ਕਾਕੜ ਨਾਲ ਆ ਯਾਰ, ਮੇਰੀ ਗੱਲ ਥੋੜ੍ਹੀ ਜਿਹੀ ਉਤਲੇ ਲੈਵਲ 'ਤੇ ਆ, ਤੁਸੀਂ ਮੈਨੂੰ ਮੇਰੇ ਵਿੱਚ ਨਾ ਆਓ, ਚਾਚਾ ਭਤੀਜਾ। ਨਹੀਂ ਉਹਨਾਂ ਦਿਨਾਂ 'ਚ ਸਰਾਇਆ ਸਾਹਿਬ ਜਦੋਂ ਕਾਕੜ ਸਾਹਿਬ 'ਤੇ ਆਵਾਜ਼ਾਂ ਉੱਠੀਆਂ ਸੀਗੀਆਂ ਤੇ ਫਿਰ ਇਹਨਾਂ ਨੇ ਵੀ ਉਦੋਂ ਬਣਾਈ ਸੀ, ਤੇ ਉਹ ਹੁਣ ਕਣਕ ਵਾਲਾ ਮਸਲਾ ਜਦੋਂ ਕਣਕ ਉਹਨਾਂ ਦੇ ਦੌਰ 'ਚ ਮੰਗਾਈ ਗਈ ਆ, ਹੁਣ ਉਹਦੀ ਤਹਿਕੀਕਾਤ ਹੋ ਰਹੀਆਂ, ਇਹਦੇ 'ਤੇ ਜ਼ਾਹਰੀ ਗੱਲ ਆਵਾਜ਼ ਉਠਾਉਣੀ ਵੀ ਚਾਹੀਦੀ ਹੈ। ਤੁਸੀਂ ਕੀ ਕਹਿੰਦੇ ਆ ਕਿ ਕਣਕ ਦਾ ਉਦੋਂ ਇੰਨੀ ਮੰਗਾ ਲਈ ਕਿੰਨੇ ਲੱਖਾਂ ਟਨ, ਹੁਣ ਜਿਹੜੀ ਆਪਣੇ ਕਿਸਾਨਾਂ ਦੀ ਕਣਕ ਆ ਪੰਜਾਬ ਦੀ, ਇਹਨੂੰ ਕੋਈ ਪੁੱਛ ਨਹੀਂ ਰਿਹਾ, ਇਹਦੇ ਤੇ ਪੈਸੇ ਇਹਦੇ ਤੇ ਗੱਲ ਕਰੋ। ਕਹਿੰਦੇ ਸੀ ਪੈਸੇ ਹੈ ਨਹੀਂ ਉਦੋਂ ਖਜ਼ਾਨੇ ਦੇ ਵਿੱਚ, ਉਹ $1 ਅਰਬ ਕਿੱਥੋਂ ਆ ਗਿਆ, ਉਹ ਜਿਹੜਾ ਭਰਿਆ ਉਹ ਚੱਕੇ ਉਦੋਂ ਤੋਰ, ਉਹ ਉਦੋਂ ਨੂੰ ਤੋਰਤਾ ਤੇ ਸਾਨੂੰ ਵੀ ਖੱਜਲ ਖਰਾਬ ਕਰਤਾ। ਤੇ ਇਹ ਜਿਹੜੀ ਕਣਕ ਆਈ ਹੈ ਨਾ ਜੀ, ਉਹ ਸ਼ਾਇਦ ਕਹਿੰਦੇ ਵੀ ਆਪਾਂ ਆਪਣੇ ਡੰਗਰਾਂ ਨੂੰ ਵੀ ਨਾ ਪਾਉਂਦੇ ਸੀ ਜਿੱਦਾਂ ਦੀ ਕਣਕ ਆਈ, ਉਂਗਰੀ ਹੋਈ ਕਣਕ ਆ। ਹਾਂ ਮਿੱਟੀ ਹੈ ਵਿੱਚ, ਉਂਗਰੀ ਹੋਈ ਕਣਕ, ਤੇ ਕਣਕ ਤੁਹਾਨੂੰ ਪਤਾ ਵੀ ਉਦੋਂ ਤੱਕ ਤੂੰ ਥੈਲੇ 'ਚ ਉਹਦੇ 'ਤੇ ਪਾਣੀ ਪਾਈ ਆ, ਨਹੀਂ ਨਿਕਲਦੀ ਜਿੰਨੇ ਤੁਹਾਨੂੂੰ ਮਿੱਟੀ ਨਾ ਲੱਗੇ, ਮਿੱਟੀ ਦਾ ਤੇ ਕਣਕ ਦਾ ਕੋਈ ਮਿਲਾਪ ਹੋਏਗਾ ਤੇ ਇਹ ਨਿਕਲੇ ਕੇ ਉਂਗਰੇ, ਕਿਤੇ ਉਂਗਰੀ ਹੋਈ ਕਣਕ ਹੈ ਜੀ, ਉੱਗੀ ਹੋਈ ਦੇ ਵਿੱਚ ਕੀੜਿਆਂ ਦਾ ਇਨਕਸ਼ਾਫ ਹੋਇਆ, ਵਿੱਚ ਕੀੜੇ ਵੀ ਆ। ਤੇ ਏਡੀ ਕਿਹੜੀ ਮਜਬੂਰੀ ਸੀਗੀ ਵੀ ਸਨ, ਦੇਖਣਾ ਸਿਆਣੇ ਕਹਿੰਦੇ ਗਿਆਰੀ ਦਾ ਪਤਾ ਬਾਰੀ ਨੂੰ ਲੱਗਦਾ ਜਦੋਂ ਲੱਸੀ ਨਹੀਂ ਲੱਭਦੀ, ਤੇ ਉਦੋਂ ਤਾਂ ਇਹਨਾਂ ਨੇ ਕਿਹਾ ਜੀ ਇਹ ਕੋ ਪੱਕਾ ਅੱਛਾ ਯਾਰ, ਪਤਾ ਨਹੀਂ ਕਿੱਦਾਂ ਦੇ ਬੰਦੇ ਆ ਪਲੀਸੀਆਂ ਬਣਾਉਣ ਵਾਲੇ ਨਾ, ਕੋਈ ਡੂੰਗੀ ਮਜਬੂਰੀ ਸੀ। ਹਾਂ ਕੋਈ ਡੂੰਗੀ ਮਜਬੂਰੀ, ਖਾਣਾ ਸੀ, ਪੈਸੇ ਖਾਣੇ ਸੀਗੇ, ਉਹ ਖਾਣੇ ਸੀ, ਉਹ ਖਾਲੇ, ਚਲੋ ਤੁਸੀਂ ਰਾਜੀ ਰਹੋ ਸਾਡੀ ਖੈਰ ਆ, ਅਸੀਂ ਤਾਂ 76 ਸਾਲ ਤੋਂ 76 ਖਾ ਰਹੇ ਹਾਂ, ਪਰ ਇਹ ਆ ਵੀ ਅਸੀਂ ਹੁਣ ਦੱਸਾਂਗੇ ਸਹੀ ਗਾਹਾਂ ਨੂੰ, ਅੱਲਾ ਖੈਰ ਕਰੇ। ਹਾਂ ਤੁਸੀਂ ਲੱਭੋਗੇ ਜ਼ਿਮੀਦਾਰਾਂ ਨੂੰ, ਆਪਾਂ ਤਾਂ ਵੀਰਾ ਸੌਂਹ ਬੀਜਣੀ ਆ। ਹਾਂ ਸੌਂਹ ਬੀਜੋ ਚਾਹੇ, ਸੌਂਹ ਬੀਜਾਂਗੇ, ਹਾਂ ਆਪਣੇ ਖਾਣ ਜੋਗੀਆਂ 6 ਕਨਾਲਾਂ ਬੀਜਾਂਗੇ, ਆਪਣੇ ਕੋਲ ਹੈਗੇ ਆ 6 ਕਿਲੇ, ਬਥੇਰੀਆਂ ਹੋਰ ਫਸਲਾਂ ਲਾਉਣ ਨੂੰ ਸਾਡੇ ਕੋਲ, ਇਹ ਕਰਨੀ ਕੱਲ ਤੇ ਵਰ ਗਿਆ, ਪਰ ਨਿੰਮ ਦਾਰੂ ਕੋਈ ਨਹੀਂ। ਹਾਂ ਨਿੰਮ ਦਾਰੂ ਦੂਰੂ ਕੋਈ ਨਹੀਂ ਸਾਡੇ ਹਲੇ ਤੱਕ ਨਾ, ਮਸਲੇ ਦਾ ਅਹਿਮੀਅਤ ਦਾ ਬਹੁਤ ਸਾਰੇ ਤਬਕੇ ਨੂੰ ਨਾ ਇਹ ਨਹੀਂ ਹੋ ਸਕਿਆ ਹੈ, ਉਹ ਸਮਝਦੇ ਕਿ ਸਿਰਫ ਨਾ ਇਹ ਥੋੜ੍ਹੇ ਜਿਹੇ ਕਿਸਾਨ ਦਾ ਮਸਲਾ ਵਾ, ਇਹ ਕਿਸਾਨ ਦਾ ਮਸਲਾ ਨਹੀਂ ਹੈ, ਇਹ ਪੂਰੇ ਨਾ ਮੁਆਸ਼ਰੇ ਦਾ ਮਸਲਾ ਵਾ। ਇਹ ਹੁਣ ਕਣਕ ਜਦੋਂ ਜ਼ਿਆਦਾ ਹੋ ਗਈ ਨਾ, ਇਹ ਇਕੱਲੇ ਕਿਸਾਨ ਦਾ ਮਸਲਾ ਵਾ, ਜਦੋਂ ਕਿਸਾਨ ਨੇ ਕਣਕ ਬੀਜਣੀ ਥੋੜ੍ਹੀ ਆ ਨਾ, ਉਦੋਂ ਫਿਰ ਇਹ ਸਾਰੇ ਮੁਆਸ਼ਰੇ ਦਾ ਮਸਲਾ ਬਣ ਜਾਣਾ, ਅਤੇ ਫਿਰ ਉਹੀ 5-5, 6-6 ਹਜ਼ਾਰ ਅਤੇ ਫਿਰ ਟਰੱਕਾਂ ਦੀ ਲਾਈਨਾਂ ਅਤੇ ਬੰਦੂਕਾਂ ਵਾਲਾ ਸਿਲਸਿਲਾ ਜਿਹੜਾ ਵਾ ਨਾ, ਉਹ ਕਹਿੰਦੇ ਵੀ ਗਿਆਰੀ ਦਾ ਪਤਾ ਬਾਰੀ ਨੂੰ ਲੱਗਦਾ ਜਦੋਂ ਲੱਸੀ ਨਹੀਂ ਮਿਲਦੀ, ਅਤੇ ਐਤਕੀ ਕਣਕ ਜਿਹੜੀ ਬਹੁਤੀ ਹੋਈ ਆ ਨਾ, ਇਹਦਾ ਪਤਾ ਅਗਲੇ ਉਹਨਾਂ ਕੋਲ ਤਰੀਕਾ ਹੈ, ਉਹ ਤੁਹਾਨੂੰ ਗਾਂ ਤੁਹਾਡੇ ਤਿਲੀ, ਹੁਣ ਤਿਲੀ ਦੀ ਕਾਸ਼ ਤੁਸੀਂ ਜ਼ਿਆਦਾ ਹੋ ਗਈ, ਐਤਕੀ ਗਾਂ ਤਿਲੀ ਰੋਲ ਜੂਗੀ, ਐਤਕੀ ਲੋਕਾਂ ਦਾ ਗੰਢਾ ਚੰਗਾ ਰਹਿ ਗਿਆ, ਗਾਂ ਇਸੇ ਚੱਕਰ 'ਚ ਆਪਾਂ ਗੰਢੇ ਬਹੁਤੇ ਬੀਜ ਪੈਣੇ ਆ, ਫਿਰ ਗੰਢੇ ਦਾ ਇੱਦਾਂ ਹੋ ਜੂ, ਬਿਮਾਰੀ ਆ ਆਪਣੇ ਨਾਲ ਹੁੰਦੀ ਜਾਣੀ। ਲੇਕਿਨ ਅਸਲ 'ਚ ਦੱਸਾਂ ਕਿ ਜਿਹੜੀ ਸਿਆਸਤ ਆ ਨਾ, ਸਿਆਸਤ ਕਿਸੇ ਫਸਲ 'ਤੇ ਕਣਕ ਤੋਂ ਇਲਾਵਾ ਨਹੀਂ ਹੁੰਦੀ ਹੈ, ਰੋਟੀ 'ਤੇ ਸਿਆਸਤ ਜਿਹੜੀ ਆ ਨਾ, ਸਭ ਤੋਂ ਜ਼ਿਆਦਾ ਰੋਟੀ 'ਤੇ ਹੀ ਹੁੰਦੀ ਆ,
ਬਾਕੀ ਯਾਨੀ ਕਿ ਜਿਹੜੀ ਚੀਜ਼ਾਂ ਫਸਲਾਂ ਹੈ ਨਾ, ਕਮਾਦ ਆ, ਮੱਕੀ ਆ, ਮੱਕੀ ਦੋ ਰੁੜ ਗਈ, ਲੇਕਿਨ ਮੱਕੀ 'ਤੇ ਉਸ ਤਰ੍ਹਾਂ ਸਿਆਸਤ ਨਹੀਂ ਹੋ ਸਕਦੀ ਉਹਦੇ 'ਤੇ। ਫਿਰ ਉਹਨਾਂ ਇਹ ਫਿਰ ਗਰੀਬ ਅਤੇ ਅਮੀਰ ਅਤੇ ਮਾੜੇ ਅਤੇ ਤਕੜੇ ਉੜਾਂ ਉਪਰਾਂ ਜਿਹੜੇ ਰੌਲੇ ਆ ਨਾ, ਇਹ ਕਣਕ 'ਤੇ ਹੀ ਜਿਹੜਾ ਵਨ ਉੱਠਦੇ ਆ ਅਤੇ ਸਾਡਾ ਵੀ, ਹਾਂ ਸਾਡਾ ਵੀ ਕਸੂਰ ਸਾਡਾ ਵੀ ਚਲੋ ਸਾਡਾ ਵੀ ਕਸੂਰ ਹੈ ਇਹਦੇ ਵਿੱਚ। ਅਸੀਂ ਵੀ ਜਿਹੜੀ ਸ਼ਾਇਦ ਦੇਖਦਾ ਨਾ ਵੀ ਇਹਦੇ ਐਤਕੀ ਇਹਦੇ ਚਾਰਾਂ ਨੇ ਬਚਿਆ, ਮੁੜ ਕੇ ਉਹਦੇ ਪਿੱਛੇ ਹੀ ਭੱਜ ਲੈਂਦੇ ਹਾਂ। ਆਹ ਇੱਕ ਬੰਦਾ ਬੈਠਾ ਸੀ ਨਾ ਕੱਡੇ 'ਤੇ ਬਣਾ ਕੇ, ਸੁਰੈਸ ਸਾਹਿਬ ਪੈਂਚਰਾਂ ਦੀ ਦੁਕਾਨ ਬਣਾ ਕੇ ਬੈਠਾ, ਬਰਾਤ ਆਈ ਬੱਸ 'ਤੇ, ਉਹਦੀ ਕਮਾਨੀ ਟੁੱਟ ਗਈ ਬੱਸ 'ਤੇ। ਉਹ ਹੁਣ ਦੋ ਦੋ ਜਾਣੇ ਉਤਰ ਕੇ ਤੁਰੇ ਆਉਣ ਅਤੇ ਉਹਨੂੰ ਆਣ ਕੇ ਜਿਹੜਾ ਉਹ ਇੱਕੋ ਹੀ ਦੁਕਾਨ ਸੀ ਅੱਡੇ 'ਤੇ, ਉਹਨੂੰ ਪੁੱਛਣ ਯਾਰ ਕਮਾਨੀਆਂ ਦਾ ਕੰਮ ਕੁੰਮ ਹੈ ਇੱਥੇ। ਸੌ ਬੰਦਾ ਬੱਸ 'ਚੋਂ ਨਿਕਲ ਕੇ ਆਇਆ ਅਤੇ ਇਕੱਲੇ ਇਕੱਲੀ ਉਹਨੇ ਇਕੱਲੀ ਇਕੱਲੀ ਉਹਨੇ ਕਿਹਾ ਵੀ ਯਾਰ ਇੱਥੇ ਤਾਂ ਕਮਾਨੀ ਦਾ ਬੜਾ ਕਾਰੋਬਾਰ ਆ ਵੀ। ਉਹਨੂੰ ਨਹੀਂ ਸੀ ਪਤਾ ਵੀ ਜੇ ਬੱਸ ਖਰਾਬ ਹੋਈ ਤਾਂ ਇੱਕੋ ਬੱਸ 'ਚ ਉਤਰ ਗਿਆ ਸਰ, ਉਹਨੇ ਸਵੇਰੇ 6 ਲੱਖ ਦੀਆਂ ਕਮਾਨੀਆਂ ਸਟਾ ਲਈਆਂ ਅਤੇ ਬਾਅਦ 'ਚ ਪਤਾ ਲੱਗਿਆ ਵੀ ਯਾਰ ਉਹ ਤਾਂ ਕੰਮ ਹੀ ਖਰਾਬ ਹੋ ਗਿਆ। ਇਹ ਚੀਜ਼ ਸੀਗੀ ਉਹ ਹੁਣ ਸਾਨੂੰ ਇੱਕ ਪਾਸੇ ਚੀਜ਼ 'ਚੋਂ ਬਚਣਾ, ਅਸੀਂ ਵੰਡ ਕੇ ਨਹੀਂ ਫਸਲਾਂ ਬੀਜਦੇ, ਸਾਨੂੰ ਚਾਹੀਦਾ ਅਸੀਂ ਵੰਡ ਕੇ ਨਾ ਫਸਲਾਂ ਬੀਜ ਲਈਏ। ਸ਼ਹਿਜ਼ਾਦ ਅਮਰ ਸਾਹਿਬ ਨੇ ਜਿਹੜੀ ਗੱਲ ਕਰਨੀ ਸ਼ੁਰੂ ਕੀਤੀ ਨਾ ਸਕਰੀਨ ਦੇ ਉੱਤੇ, ਉਹ ਬੜੀ ਪਾਏਦਾਰ, ਉਹ ਉਸ ਤਰ੍ਹਾਂ ਹੀ ਹਜੇ ਤੱਕ ਉਹ ਕਰ ਰਿਹਾ ਅਤੇ ਅੱਲਾਹ ਤਾਲਾ ਇਹ ਤੋਫੀਕ ਦੇਈ ਰੱਖੇ ਵੀ ਉਹ ਗੱਲ ਉੱਦਾਂ ਹੀ ਕਰੀ ਜਾਵੇ, ਗਰੀਬ ਦੀ, ਮਜ਼ਦੂਰ ਦੀ, ਕਿਸਾਨ ਦੀ, ਮਾੜੇ ਬੰਦੇ ਦੀ ਗੱਲ ਕਰਦਾ ਉਹ ਕਰੀ ਜਾਵੇ। ਮੈਂ ਵੀ ਇਹੀ ਕੰਮ ਕਰਦਾ ਵੀ ਮਾੜੇ ਬੰਦੇ ਦੀ, ਮਜ਼ਦੂਰ ਦੀ ਗੱਲ ਕਰਦਾ। ਵਿੱਚੋਂ ਬਾਜੇ ਟਾਈਮ ਨਾ ਜੀ ਮਸ਼ਹੂਰੀ ਵੀ ਬੰਦੇ ਨੂੰ ਕਿਸੇ ਹੋਰ ਪਾਸੇ ਖਿੱਚ ਲੈ ਜਾਂਦੀ, ਮੈਨੂੰ ਹੋਰ ਫਿਲਮਾਂ ਫੁਲਮਾਂ ਹੋਰਾਂ ਪਰਾਂ ਫਿਰ ਉਹ ਕਰਨੇ ਪੈਂਦੇ ਸਾਰੇ ਧੰਦੇ, ਕਿਉਂ ਉਹ ਪੰਗਾ ਜੋ ਇੱਦਾਂ ਦਾ ਹੈ। ਅਤੇ ਬਾਕੀ ਦਿਲ ਮੇਰਾ ਇਹੀ ਸੀਗਾ ਵੀ ਜਿਹੜੇ ਕੰਮ ਨੂੰ ਮੈਂ ਲੱਗਾ ਹੋਇਆ ਨਾ ਉਹੀ ਕਰੀ ਜਾਵਾਂ, ਉਹੀ ਖਿਦਮਤ ਆ, ਉਹੀ ਇਬਾਦਤ ਆ। ਸ਼ਹਿਜ਼ਾਦ ਅਮਰ ਸਾਹਿਬ ਜਿਹੜਾ ਕਰ ਰਹੇ ਹਾਂ, ਅੱਲਾਹ ਤਾਲਾ ਇਹਨਾਂ ਨੂੰ ਹੋਰ ਤੋਫੀਕ ਦੇਵੇ। ਅਤੇ ਸ਼ਹਿਜ਼ਾਦ ਅਮਰ ਸਾਹਿਬ ਦੀ ਕੋਈ ਜ਼ਾਤੀ ਜ਼ਿੰਦਗੀ ਦੇ ਬਾਰੇ 'ਚ ਅਸੀਂ ਕੋਈ ਗੱਲਬਾਤ ਕਰਦੇ ਹਾਂ ਵੀ ਤੁਹਾਡੀ ਸ਼ਾਦੀ ਹੋਈ ਆ? ਹਾਂਜੀ ਮਾਸ਼ਾਅੱਲਾ ਹੋਈ। ਅੱਛਾ ਕਦੋਂ ਕਦੀ ਹੋਈ ਹੈ? 2010। ਅਤੇ ਸ਼ਰਮ ਆ ਗਈ ਆ, ਸਿਰ ਨੀਵਾਂ ਕਰ ਲਿਆ। ਅੱਛਾ ਬੱਚੇ ਕਿੰਨੇ? ਬੱਚੇ 2 ਜੀ। ਮਾਸ਼ਾਅੱਲਾ। ਪੁੱਤਰ ਜੀ? ਹਾਂਜੀ। ਵਾਹ ਵਾਹ। ਅਤੇ ਇਹ ਪਿੰਡ ਦਾ ਨਾਂ ਕੀ ਹੈ ਜਿਹੜੇ ਪਿੰਡ 'ਚ ਤੁਹਾਨੂੰ? ਨਹੀਂ ਜਿਹੜੇ ਪਿੰਡ 'ਚ ਮੈਂ ਰਹਿੰਦਾ ਜਾਂ ਜਿਹੜੇ ਪਿੰਡ 'ਚ ਲੰਘਿਆ ਗਿਆ? ਜਿਹੜੇ ਪਿੰਡ 'ਚ ਰਹਿੰਦਾ, ਜਿਹੜਾ ਮੇਰਾ ਪਿੰਡ ਆ, 313 HR। 313 HR, ਉਹਦਾ ਨਾਮ ਹੀ ਆ ਕੋਈ? ਨਹੀਂ ਨਾਮ ਨਹੀਂ ਸਾਡੇ ਵਾਲਾ, ਬਸ ਨੰਬਰਿੰਗ ਚੱਲਦੀ ਹੈ। ਅਤੇ ਤੁਸੀਂ? ਹਾਕੜਾ ਰਾਈਟ। ਅੱਛਾ ਹਾਕੜਾ ਰਾਈਟ। ਅਤੇ ਇੰਡੀਆ 'ਚੋਂ ਆਏ ਤੁਸੀਂ? ਨਹੀਂ ਜੀ, ਸਾਡਾ ਪਿਛੋਕੜ ਹੈ ਟੋਬਾ ਟੇਕ ਸਿੰਘ। ਸਾਡੇ ਬਜ਼ੁਰਗ ਇਹ ਪਹਿਲੇ ਕਿਤੇ ਇੰਡੀਆ 'ਚ ਆਏ ਹੋਣ ਤਾਂ ਪਤਾ ਨਹੀਂ, ਲੇਕਿਨ 1947 ਤੋਂ ਬਾਅਦ ਉਹ ਸਾਡੇ ਵਾਲਾ ਇਲਾਕਾ ਆਬਾਦ ਹੋਇਆ। ਅੱਛਾ। ਇਹ 1908 ਦੇ ਵਿੱਚ ਸ਼ਾਇਦ ਬਣੀ ਸੀ ਨਹਿਰ। ਅੱਛਾ। ਅਤੇ ਉਸ ਤੋਂ ਬਾਅਦ ਫਿਰ ਸਾਡੇ ਬਾਬੇ ਉੱਧਰ ਜਾਣ ਲੱਗ ਗਏ, ਟਿੱਬੇ ਹੀ ਪਏ ਸੀ, ਰੇਰੋਈਆਂ ਜਾ ਕੇ ਆਬਾਦ ਕੀਤੀਆਂ ਸੀਗੀਆਂ। ਇੱਥੋਂ ਟੋਬੀਆਂ ਉੱਠ ਕੇ ਗਏ ਸੀ, ਢੇਰੀਓਂ, ਅਣੰਜਾ 'ਚੋਂ, ਨੰਗਲਾਂ 'ਚੋਂ, ਜੜਾਹਾਂ, ਬਾਜੜਾ, ਇਹ ਸਾਰਿਆਂ ਪਿੰਡਾਂ ਦੇ ਵਿੱਚ ਉੱਠ ਕੇ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਨਾ ਸਾਰੇ ਉਹ ਫਿਰ ਇਹੀ ਵੱਜਦੇ, ਕੋਈ ਬਾਜੜਿਆਂ ਵਾਲੇ ਵੱਜਦੇ ਆ, ਕੋਈ ਜੜਾਹੇ ਵਾਲੇ, ਕੋਈ ਢੇਰੀ ਵਾਲੇ। ਇਹਨਾਂ ਨੂੰ ਨਾ ਜਿਹੜੀ ਨਵੀਂ ਹਿਜਰਤ ਯਾਦ ਆ, ਪੁਰਾਣੀ ਹਿਜਰਤ ਪੁਰਾਣੀ, ਯਾਨੀ ਕਿ ਇਹਨਾਂ ਨੂੰ ਸੋਭੇ ਵਾਲੇ ਪੁਰਾਣੇ ਪਿੰਡ ਜਿਹੜੇ ਆ ਨਾ, ਪੁਰਾਣੇ ਬਜ਼ੁਰਗ ਉਧਰੋਂ ਆਏ ਹੋਣ, ਪਹਿਲੇ ਬਜ਼ੁਰਗ ਸਾਡੇ ਉਧਰੋਂ ਹੀ ਆਏ ਸੀ। ਕੰਮ ਧੰਦਾ ਕੀ ਕਰਦਾ? ਕੰਮ ਭਾਜੀ ਆਪਣੀ ਛੋਟੀ ਜਿਹੀ ਦੁਕਾਨ ਆ। ਅੱਛਾ। ਜਨਰਲ ਸਟੋਰ ਦੇ ਸ਼ਹਿਰ ਦੇ ਵਿੱਚ, ਤੇ 1.5 ਕਿੱਲਾ ਆਪਣਾ ਕੋਲ ਪਾਈ ਆ ਮਾਸ਼ਾਅੱਲਾ। ਦੇਖੋ ਜੀ, ਦੁਕਾਨ ਆ ਤੇ ਨਾਲ 1.5 ਕਿੱਲਾ ਵਾਹੀ ਆ, ਤੇ ਦੁੱਖ ਜ਼ਿਮੀਦਾਰਾਂ ਦੇ ਇਹਨੇ ਇਕੱਲਾ ਇਕੱਲਾ ਈਚੀ ਮੀਚੀ ਦੱਸਿਆ ਜਿਹੜਾ। ਉਹ ਦੇਖੋ ਨਾ ਜੀ, ਦੁੱਖ ਦੂਸਰੇ ਦਾ ਵੀ ਤਾਂ ਆਪਣਾ ਹੀ ਆ ਨਾ। ਹਾਂ ਨਹੀਂ, ਮੈਂ ਕਹਿੰਦਾ ਛੋਟਾ ਜ਼ਿਮੀਦਾਰ ਨੂੰ ਤਾਂ ਬਹੁਤੇ ਪਤਾ ਹੁੰਦੇ ਆ, ਬਹੁਤੇ ਪਤਾ। ਹਾਂ ਅਸੀਂ ਇੱਥੇ ਨਹਾਈ ਐਵਰੇਜ, ਦੇਖੋ ਜਿਹੜਾ ਜ਼ਿਮੀਦਾਰ ਹੋਊਗਾ ਨਾ, ਜਿਹੜੇ 10-10 ਮੁਰੱਬਿਆਂ ਦੇ ਮਾਲਕ ਆ, ਉਹਨਾਂ ਨੇ ਕਾਹਦਾ ਦੁੱਖ ਉਹਨਾਂ ਨੂੰ, ਤੇ ਕਾਹਦੀ ਗੱਲ ਕਰਨੀ, ਅਸੀਂ ਗੱਲ ਕਰਨੀ ਹੈ ਛੋਟੇ ਜ਼ਿਮੀਦਾਰਾਂ ਨੇ। ਦੇਖੋ ਜੀ, ਆਪਣਾ ਦੁੱਖ ਮਹਿਸੂਸ ਕਰਨਾ ਇੰਨੀ ਵੱਡੀ ਗੱਲ ਨਹੀਂ ਹੈ, ਜਿਹੜਾ ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਜਾਣਨਾ ਨਾ। ਮਹਾਤਮਾ ਬੁੱਧ ਗਰੀਬ ਕੋਈ ਨਹੀਂ ਸੀ, ਨਾ ਉਹ ਬਿਮਾਰ ਹੋਇਆ ਸੀ, ਨਾ ਉਹਨੂੰ ਕੋਈ ਮਸਲਾ ਸੀ। ਉਹਨੇ ਯਾਨੀ ਕਿ ਬਿਮਾਰ ਬੰਦੇ ਨੂੰ ਦੇਖਿਆ, ਉਹਨੇ ਬੁੜੇ ਬੰਦੇ ਨੂੰ ਦੇਖਿਆ, ਉਹਨੇ ਗਰੀਬ ਬੰਦੇ ਨੂੰ ਦੇਖਿਆ, ਅਤੇ ਉਹਨੇ ਉਹਨਾਂ ਬੰਦਿਆਂ ਦਾ ਦੁੱਖ ਆਪਣਾ ਦੁੱਖ ਸਮਝਿਆ, ਅਤੇ ਉਹਨੇ ਨਿਰਵਾਣ ਜਿਹੜਾ ਵਾ ਨਾ ਪਾਇਆ। ਅਤੇ ਇਹ ਜਿਹੜਾ ਕਿਸੇ ਬੰਦੇ ਦਾ ਦੁੱਖ ਆਪਣਾ ਦੁੱਖ ਸਮਝਣਾ ਨਾ ਜਿਹੜਾ ਵਾ,
ਇਹ ਬਹੁਤ ਵੱਡੀ ਗੱਲ ਠੀਕ ਹੈ। ਅਤੇ ਇਹ ਸ਼ਹਿਜ਼ਾਦ ਫਿਰ ਤੂੰ ਤੇਰਾ ਤਾਂ ਕੰਮ ਬੜਾ ਹੋਇਆ ਹੋਣਾ, ਡਿਸਟਰਬ ਹੋਇਆ ਹੋਣਾ ਤਕਰੀਬਨ ਚਾਹ ਦਾ ਮੇਰਾ ਮਹੀਨੇ ਦਾ ਮਾਸ਼ਾਅੱਲਾ ਚਲ ਤਕਰੀਬਨ 11-12 ਹਜ਼ਾਰ ਬਣਦਾ ਸ਼ਹਿਜ਼ਾਦ ਅਮਰ ਸਾਹਿਬ ਤੁਹਾਨੂੰ ਹੋਰ ਇੱਜ਼ਤਾਂ ਨਾਲ ਨਵਾਜ਼ੇ ਤੇ ਏਦਾਂ ਹੀ ਤੁਸੀਂ ਸੱਚੀ ਪੱਕੀ ਗੱਲ ਕਰਦੇ ਰਹੋ ਤੇ ਮੇਰੇ ਵਾਸਤੇ ਅੱਜ ਬੜਾ ਵੱਡਾ ਦੇਣਾ, ਬੜਾ ਖੁਸ਼ੀ ਦਾ ਦੇਣਾ ਕਿ ਮੇਰਾ ਭਰਾ ਮੇਰੇ ਕੋਲ ਬੈਠਾ। ਅੱਗੇ ਅਸੀਂ ਟੈਲੀਫੋਨ ਤੇ ਗੱਲਾਂ ਕਰਦੇ ਤੇ ਅੱਜ ਅਸੀਂ ਕੋਲ ਬੈਠੇ ਆ ਤੇ ਹੁਣ ਇਨਸ਼ਾਅੱਲਾ ਤਾਲਾ ਗਾਂ ਅੱਗੇ ਤੁਹਾਨੂੰ ਮੋਬਾਈਲ ਤੇ ਦੇਖ ਕੇ ਤੇ ਅੱਜ ਤੁਹਾਨੂੰ ਅਤੀਕ ਭਾਈ ਨੇ ਕਿਹਾ, ਅਤੀਕ ਭਾਈ ਨੇ ਵੀ ਇੱਦੀ ਗਿਆ ਕਹਿੰਦੇ ਯਾਰ ਅੱਗੇ ਤੈਨੂੰ ਮੋਬਾਈਲ ਤੇ ਦੇਖ ਕੇ ਤੇ ਅੱਜ ਤੈਨੂੰ ਜ਼ਿੰਦਾ ਦੇਖਿਆ ਤੇ ਗਾਂ ਵੀ ਇਨਸ਼ਾਅੱਲਾ ਸਾਰਾ ਤੁਸੀਂ ਸਾਨੂੰ ਇਕੱਠੇ ਦੇਖੋਗੇ ਗਾਹੀਂ ਮੌਕਾ ਬਾ ਮੌਕਾ ਨਾ ਅਸੀਂ ਰਲਦੇ ਰਹਾਂਗੇ ਤੇ ਕੋ ਗੱਲਬਾਤ ਇਦਾਂ ਹੀ ਕਰਦੇ ਰਹਾਂਗੇ ਤੇ ਹੁਣ ਬੰਦ ਕਰੀਏ। ਬੜੀ ਹਸਰਤ ਆ ਮੇਰੀ ਆਪਣਾ ਵਿਕਾਸ ਸੋਰੀ ਆਪਣਾ ਜ਼ੇਬੀ ਅੰਜਰਾਹ ਸਾਹਿਬ ਨੂੰ ਮਿਲਣ ਦੀ, ਉਸ ਤੋਂ ਬਾਅਦ ਵਕਾਰ ਭਿੰਡਰ ਬਾਈ ਹੋ ਗਏ, ਉਸ ਤੋਂ ਬਾਅਦ ਆਪਣਾ ਵਿਕਾਸ ਘੁੰਮਣ ਸਾਹਿਬ ਹੋ ਗਿਆ। ਵਿਕਾਸ ਘੁੰਮਣ ਸਾਹਿਬ ਉਹਨਾਂ ਦਾ ਮੇਰੀ ਥੋੜ੍ਹੀ ਜਿਹੀ ਕਦੀ ਕਦੀ ਉਹਨਾਂ ਨੂੰ ਮੈਂ ਸਲਾਮ ਕਹਿੰਦਾ, ਉਹਨਾਂ ਅੱਗੇ ਸਟਿੱਕਰ ਭੇਜ ਦਿੰਦੇ ਆ, ਵਾਲੇਕਮ ਸਲਾਮ। ਵਿਕਾਸ ਘੁੰਮਣ ਨਹੀਂ, ਅਲਿਆਸ ਘੁੰਮਣ, ਵਿਕਾਸ ਘੁੰਮਣ ਆਪਣਾ ਸਿਆਲਕੋਟੀ ਜਵਾਬ ਦਿੰਦੇ ਆ ਉਹ ਵਟਸਐਪ ਦਾ, ਲੇਕਿਨ ਸਟਿੱਕਰ ਭੇਜਦੇ ਵਾਲੇਕਮ ਸਲਾਮ ਜੀ ਠੀਕ ਹੈ ਠੀਕ ਹੈ ਜੀ। ਚਲੋ ਉਹਨਾਂ ਬੰਦਿਆਂ ਚੋਂ ਜਿਨ੍ਹਾਂ ਨੇ ਸਕਰੀਨ ਦੇ ਉੱਤੇ ਸਭ ਤੋਂ ਪਹਿਲਾਂ ਪੰਜਾਬੀ ਬੋਲੀ। ਹਾਂਜੀ ਮੋਟੀਵੇਸ਼ਨ ਸਪੀਕਰ ਹੈ ਜੀ, ਹਾਂ ਬਹੁਤ ਵੱਡਾ ਨਾਮ ਆ ਜੀ ਪੰਜਾਬ ਦਾ ਤੇ ਇਨਸ਼ਾਅੱਲਾ ਤਾਲਾ ਆਪਾਂ ਲੱਗੇ ਚੱਲਾਂਗੇ ਉਹਨਾਂ ਕੋਲ, ਕਦੀ ਕਰਾਂਗੇ ਮੁਲਾਕਾਤ, ਕਰਾਂਗੇ ਮੁਲਾਕਾਤ, ਉਹਨਾਂ ਨੂੰ ਦਾਵਤ ਦੇਵਾਂਗੇ ਇਨਸ਼ਾਅੱਲਾ। ਹਾਂਜੀ ਤੇ ਸ਼ਹਿਜ਼ਾਦ ਅਮਰ ਸਾਹਿਬ ਕੋ ਵੀ ਅਸੀਂ ਆਵਾਂਗੇ ਕੋ ਮਹੀਨਾ ਖਾਨ ਠਹਿਰ ਕੇ, ਵੈਲਕਮ, ਫਿਰ ਬਲਕਿ ਅਸੀਂ ਸਾਰੇ ਰਲ ਕੇ ਆਵਾਂਗੇ ਉੱਥੇ ਇਨਸ਼ਾਅੱਲਾ। ਦੱਖਣ ਚੱਲਣ ਤੋਂ ਪਹਿਲੇ ਪਹਿਲੇ ਆ ਜਿਓ, ਅੱਛਾ ਫਿਰ ਵੱਡੇ ਵੱਡੇ ਸਾਫੇ ਪਰਨੇ ਲੈ ਕੇ ਆਇਓ, ਰੇਤਾ ਉੜਦਾ ਬਹੁਤ ਰੇਤਾ, ਤੇ ਲੋ ਜਦੋਂ ਚੱਲੀ ਨਾ ਦੱਖਣ ਵਾਲੀ ਤੇ ਉਹ ਨਹੀਂ ਨਿਕਲਣ ਦਿੰਦੀ ਬਾਹਰ। ਚਲੋ ਜੀ ਅੱਲਾ, ਦੱਖਣ ਦੀ ਹਵਾ ਚੱਲਦੀ ਨਾ ਫਿਰ ਬਹੁਤ ਗਰਮ ਹੁੰਦੀ ਆ ਹਵਾ। ਸ਼ਹਿਜ਼ਾਦ ਅਮਰ ਸਾਹਿਬ ਦੇ ਨਾਲ ਆਏ, ਇਹ ਕਜ਼ਨ ਆ ਜੀ ਖਾਲਾਜ਼ਾਦ ਭਈ ਆ ਪੀਰਮਲ ਸ਼ਹਿਰ ਤੋਂ। ਅੱਛਾ ਇਹ ਪੀਰਮਲ ਸ਼ਹਿਰ ਤੋਂ, ਤੁਹਾਡਾ ਕੀ ਨਾਮ ਹੈ? ਰਾਸ਼ਦ। ਰਾਸ਼ਦ ਸਾਹਿਬ ਆਏ ਜੀ ਪੀਰਮਲ ਤੋਂ, ਸ਼ਹਿਜ਼ਾਦ ਅਮਰ ਸਾਹਿਬ ਦੇ ਮਸੇਰ ਆ ਜੀ, ਮਸੇਰ, ਹਾਂਜੀ ਹਾਂ ਮਸੇਰ ਆ ਜੀ, ਇਹਨਾਂ ਦੇ ਨਾਲ ਆਏ। ਬੜੀ ਮਿਹਰਬਾਨੀ, ਅਸੀਂ ਤੁਹਾਡੇ ਬੜੇ ਸ਼ੁਕਰ ਗੁਜ਼ਾਰ ਹਾਂ ਜੀ ਤੁਹਾਡਾ ਆਉਣਾ ਸਿਰ ਮੱਥੇ 'ਤੇ ਜੀ, ਸਤਿ ਬਿਸਮਿਲ੍ਲਾ ਜੀ ਆਇਆਂ ਨੂੰ, ਅਤੇ ਬਹੁਤ ਮਿਹਰਬਾਨੀ ਜੀ। ਸ਼ਹਿਜ਼ਾਦ ਅਮਰ ਸਾਹਿਬ ਦਾ ਜੀ ਯੂਟਿਊਬ ਚੈਨਲ ਆ ਸ਼ਹਿਜ਼ਾਦ ਅਮਰ ਔਫੀਸ਼ਲ ਜੀ, ਜੀ ਹਾਂਜੀ, ਉਹਦਾ ਅਸੀਂ ਲਿੰਕ ਵੀ ਦਿੱਤਾ ਵਿੱਚ, ਤੇ ਸ਼ਹਿਜ਼ਾਦ ਅਮਰ ਸਾਹਿਬ ਦਾ ਜਿਹੜਾ ਯੂਟਿਊਬ ਚੈਨਲ ਆ ਉਹਦੇ ਤੱਕ ਤੁਸੀਂ ਪਹੁੰਚ ਜਾਓਗੇ। ਇਹ ਇਹ ਐਸਾ ਨਾਮ ਆ ਕਿ ਇਹਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਕੋਈ ਸਪੋਰਟ ਜਾਂ ਸਬਸਕ੍ਰਾਈਬ, ਉਹ ਕਹਿਣ ਦੀ ਲੋੜ ਨਹੀਂ, ਜੋ ਤੁਸੀਂ ਵੀਡੀਓ ਦੇਖਣੀ ਤੁਸੀਂ ਆਪੇ ਹੀ ਕਰ ਲੈਣਾ, ਜਿਹੜੇ ਬੰਦੇ ਜਾਣਦੇ ਉਹਨਾਂ ਨੂੰ ਪਤਾ, ਬੜੀ ਮਿਹਰਬਾਨੀ। ਹਾਂ ਸਿਆਣੇ ਕਹਿੰਦੇ ਚਾਸ ਨਾ ਆਵੇ ਪੈਸੇ ਚ, ਸਰਵੇ ਸਾਹਿਬ ਤੁਹਾਡੇ ਤੋਂ ਯਾਰ ਬੰਦਾ ਜ਼ਿਆਦਾ ਜ਼ਿਆਦਾ ਤੁਹਾਡੇ ਤੋਂ ਇਨਸਪਾਇਰ ਹੋਏ ਸਾਰੇ। ਨਹੀਂ ਜੀ ਤਾਂ ਗੱਲ ਹੋਈ, ਮੈਂ ਤਾਂ ਬਲੌਗਰ ਜਿਹੜੇ ਪੰਜਾਬੀ ਦੇ ਆਏ ਨਾ ਉਹ ਤੁਹਾਡੇ ਤੋਂ ਇਨਸਪਾਇਰ ਹੋ ਕੇ ਆਏ, ਤੈਨੂੰ ਵਰਨਾ ਅੱਜ ਤੋਂ 1.5-2 ਸਾਲ ਤੁਹਾਨੂੰ ਪੌਣੇ 2 ਸਾਲ ਹੋ ਗਏ ਕਰਦੇ ਨੂੰ ਬਲੌਗ, ਉਸ ਤੋਂ ਪਹਿਲੇ ਕਿੰਨੇ ਕੁ ਬੰਦੇ ਪੰਜਾਬੀ ਦੇ ਸੀਗੇ, ਅਵੈਸ ਘੁੰਮਣ ਭਾਈ ਸੀ, ਜੇਬੀ ਭਾਈ ਸੀ, ਤੇ ਲੇਕਿਨ ਇਹ ਕਿ ਪਰ ਯਾਰ ਗੱਲ ਪਤਾ ਕੀ ਆ ਸ਼ਹਿਜ਼ਾਦ ਅਮਰ, ਇਹ ਆਪਣਾ ਅੱਲਾ ਦੀ ਜ਼ਾਤ ਜਿਹਨੂੰ ਦੇਵੇ। ਤੁਸੀਂ ਇੰਟਰੀ ਪਾਈ ਨਾ ਜਦੋਂ, ਤੁਹਾਡਾ ਜਿਹੜਾ ਨਾ ਸਿਸਟਮ ਹੋਰ ਸੀ, ਤੁਹਾਡਾ ਇਹ ਸੀ
ਕਿ ਆਪਾਂ ਲੋਕ ਪਹਿਲੇ ਆ ਹਾਸੇ ਵਾਲੀਆਂ ਗੱਲਾਂ ਪੰਜਾਬੀ ਦੀਆਂ ਵਲਗਰ ਸੁਣਦੇ ਸੀ ਡਰਾਮਿਆਂ ਦੇ ਵਿੱਚ, ਪੰਜਾਬੀ ਦੇ ਜਿਹੜੇ ਡਰਾਮੇ ਆਲਾ ਕੋ ਥੀਏਟਰ ਨੇ, ਥੀਏਟਰ ਨੇ ਪੰਜਾਬੀ ਨੂੰ ਬਦਨਾਮ ਕੀਤਾ। ਹਾਂ ਬੇਸ ਕੀਤਾ। ਮੈਂ ਹਕੀਕਤ ਕਹਾਂ, ਮੇਰੇ ਪੰਜਾਬੀ ਜ਼ੁਬਾਨ ਦਾ ਬੇੜਾ ਸਹੀ ਕਰ ਥੀਏਟਰ ਨੇ ਕੀਤਾ। ਉਹਨਾਂ ਨੇ ਜੁਗਤਾਂ ਲੋਕਾਂ ਨੂੰ ਆਪਣਾ ਫੇਮ ਲੈਣ ਵਾਸਤੇ, ਲੋਕਾਂ ਨੂੰ ਸੁਣਾਉਣ ਵਾਸਤੇ, ਨਾ ਕੁੱਤੀ ਛੱਡੀ, ਨਾ ਮਾਂ ਛੱਡੀ, ਨਾ ਭਰਾ ਛੱਡਿਆ, ਉਹ ਐਸੀ ਐਸੀ ਉਹਨਾਂ ਨੇ ਜੁਗਤਾਂ ਕਸੀਆਂ ਕਿ ਬੰਦਾ ਬਹਿ ਕੇ ਫੈਮਿਲੀ ਚੋਂ ਡਰਾਮਾ ਲੈ। ਪੰਜਾਬੀ ਜ਼ੁਬਾਨ ਉਹਨਾਂ ਨੇ ਬਣਾਤੀ ਵੀ ਕੋਈ ਭੈੜੀ ਕਮਿਊਨੀਕੇਸ਼ਨ ਲਈ ਜਿਹੜਾ ਵਰਤਦਾ। ਬਿਲਕੁਲ, ਤੁਸੀਂ ਆਪਣੇ ਰਿਸ਼ਤੇ ਗੱਲ ਉਹ ਹੁੰਦੀ ਹੈ ਜਿਹੜੀ ਤੁਸੀਂ ਆਪਣੀ ਫੈਮਿਲੀ 'ਚ ਬਹਿ ਕੇ ਦੇਖ ਲਓ, ਤੁਹਾਨੂੰ ਹਜ਼ੀਮਤ ਨਾ ਹੋਵੇ। ਹੁਣ ਸਰੋਇਆ ਸਾਹਿਬ ਨੇ ਇਹ ਗੱਲ ਦੱਸੀ ਵੀ ਯਾਰ ਅਗਰ ਤੁਸੀਂ ਸ਼ੁਗਰ ਵੀ ਹੱਸਣਾ ਵੀ ਚਾਹੁੰਦੇ ਆ ਨਾ, ਤੇ ਤੁਹਾਨੂੰ ਹੋਰ ਵੀ ਤਰੀਕੇ ਹੈਗੇ ਆ ਪੰਜਾਬੀ ਦੇ ਵਿੱਚ। ਬੜੀ ਸੋਹਣੀ ਗੱਲ ਕੀਤੀ, ਕਹਿੰਦੇ ਐਂਡ ਤੇ ਪੂਰੀ ਫਿਲਮ ਬੰਦੇ ਇਹਨਾਂ ਦੀ ਅੰਗੇਜਮੈਂਟ ਬੜੀ ਹੈ, ਇਹਨਾਂ ਦੀ ਪੂਰੀ ਵੀਡੀਓ ਬੰਦਾ ਹੈ, ਕੁਛ ਇਸ ਵਜ੍ਹਾ ਤੋਂ ਵੀ ਦੇਖਦਾ ਵੀ ਯਾਰ ਐਂਡ ਤੇ ਜਾ ਕੇ ਸੁਣਨਾ ਵੀ ਐਂਡ ਤੇ ਕਹਿੰਦੇ ਕੀ ਆ। ਨਹੀਂ ਆਹ ਗੱਲ ਤੁਸੀਂ ਬੜੀ ਪਤੇ ਦੀ ਕੀਤੀ ਆ ਵੀ ਉਹ ਜਿਹੜੀ ਸਾਡੀ ਜ਼ਬਾਨ ਨੂੰ ਬੇਹਯਾਈ ਦੀ ਜ਼ਬਾਨ ਬਣਾ ਦਿੱਤਾ ਸੀ, ਤੇ ਅਲਹਮਦੁਲਿਲਾ ਅਸੀਂ ਲੋਕਾਂ ਨੂੰ ਦੱਸਿਆ ਕਿ ਨਹੀਂ ਸਾਡੀ ਜ਼ਬਾਨ ਬੜੀ ਅਖਲਾਕ ਵਾਲੀ ਜ਼ਬਾਨ ਆ। ਤੇ ਤੁਹਾਡੀ ਉਮਰ ਕਿੰਨੀ? ਸੂਫੀਆ ਦੀ ਜ਼ਬਾਨ ਆ। ਮੇਰੀ ਹੈ ਕੋਈ 37-38 ਸਾਲ। ਤੇ ਪੜ੍ਹਿਆ ਵੀ ਹੈ? 10 ਪੜ੍ਹਿਆ ਗਈ। ਬੋਲੇ ਬੜਾ ਪੜ੍ਹਿਆ। ਤੇ ਇਹ ਸ਼ਹਿਜ਼ਾਦ ਆਮਰ ਸਾਹਿਬ ਦਾ ਜੀ ਫੇਸਬੁੱਕ ਚੈਨਲ, ਯੂਟਿਊਬ ਚੈਨਲ ਤੁਹਾਡੇ ਤੱਕ ਪਹੁੰਚਾ ਦਿੱਤਾ, ਤੇ ਇਹਨਾਂ ਦੀਆਂ ਗੱਲਾਂ ਸੁਣੋਗੇ ਤੁਸੀਂ ਆਪੇ ਕਹੋਗੇ ਵੀ ਯਾਰ ਸਹੀ ਗੱਲ। ਅੱਛਾ ਹੋ ਗਿਆ ਜੀ, ਗੱਲ ਤੁਸੀਂ ਕਰਦੇ ਸੀ ਨਾ ਵੀ ਮੈਨੂੰ ਦੇਖ ਕੇ, ਇਹ ਅੱਲਾਹ ਤਾਲਾ ਦੀ ਦੇਣ ਹੁੰਦੀ ਹੈ। ਮੈਂ ਅੱਗੇ ਗੱਲ ਕਰਦਾ ਸੀ ਵੀ ਇਹ ਆਪਣੀ ਆਪਣਾ ਨਾ ਇੱਕ ਹੁੰਦਾ ਅੰਦਾਜ਼। ਤੁਸੀਂ ਮਾਸ਼ਾਅੱਲਾ ਨਾ ਜੀ ਐਸੀਆਂ ਤੁਹਾਡੀਆਂ ਹਜ਼ਾਰਾਂ ਵੀਡੀਓ ਵਿੱਚ, ਕਈ ਵੀਡੀਓ ਹਜ਼ਾਰਾਂ ਤਾਂ ਜੇ ਬਣੀਆਂ ਵੀ ਨਹੀਂ ਹੋਣੀਆਂ, ਵਿੱਚ ਕਈ ਵੀਡੀਓ ਐਸੀਆਂ ਜਿਹੜੀਆਂ ਹਜੇ ਤੱਕ ਨੰਬਰ 1 'ਤੇ ਆ, ਟਾਪ ਦੀਆਂ ਵੀਡੀਓ ਆ ਤੁਹਾਡੀਆਂ। ਉਸ ਜਿਹੀਆਂ ਵੀਡੀਓ ਮੇਰੀ ਵੀ ਵੀਡੀਓ ਐਸੀ ਹੈ ਨਹੀਂ ਜਿਹੜੀ ਸੱਚੀ ਗੱਲ ਹੋਵੇ। ਤੁਸੀਂ ਇੱਦਾਂ ਮਾੜੇ ਬੰਦੇ ਦੀ ਗੱਲ ਕੀਤੀ ਆ, ਹੱਕ ਦੀ ਗੱਲ ਤੁਸੀਂ ਉੱਤੇ ਤੱਕ ਪਹੁੰਚਾਈ ਆ, ਅੱਲਾਹ ਤਾਲਾ ਤੁਹਾਨੂੰ ਹਿੰਮਤ ਦੇਈ ਰੱਖੇ। ਆਮੀਨ ਆਮੀਨ। ਤੇ ਕਰੀਏ ਬੰਦ, ਚਲੋ ਜੀ।